एक ओंकार सतनाम करता पुरख निर्भव निर्वैर अकाल मूरत आजूनी सैभं गुर प्रसाद जप आद सच जुगाद सच हैपी सच नानक होसी पी सच गुरु नानक पुरुषोत्तम परंपरावर नाथ युगल चरण मम बंदना तार पर तार कर माथ हिंद धर्म को आसरा तुरकन तेज विनाश श्री गुरु गोबिंद सिंह जी नमो चरणा के पास आदि पूरन मध पूरन अंत पूरन परमेश्वर सिमरंत संत सर्वत्र रमण नानक अगनासन जगदीश रहे साहेब श्री गुरु नानक साहब महाराज जी इस जीव की कल्याण वास्ते बार बार एक गल नूं दृढ़ करा रहे ने वो केड़ी गल है नाम ते पाणा ते हौमे दी निवृत्ति हौमे दी निवृत्ति हो जाए ते पाणे च आ जांदा है पाणे च टिक जाए ते हौमे दी निवृत्ति हो जांदी है ते गुरु साहब इस पौड़ी विच इस जीव नूं ये उपदेश दिता है जिज्ञासु नूं इसका बल ना ही इस हाथ इहदा जिहड़ा बल है वो किसी हंकार दे अधीन नहीं है वो जिहड़ा सर्व समर्थ करता पुरख है ये सारी खेड़ दा उही संचालक है उही नियंता है इहदा किसे काम विच भी जोर नहीं है ना आखणे च ना चुप करने च ना मंगण ना देने च ना जीवन च ना मरने च ना कोई राजमाल दी प्राप्ति च इहदा जोर है ना ही उह जुगती इहदे हत्थे च जिहदे करके संसार दी निवृत्ति हो जाए इह जिहदे हत्थे जोर है उह सिर्फ सब नूं वेख रिहा है ਉਹਦੀ ਅੱਖਾਂ ਤੋਲੇ ਕੁਝ ਨਹੀਂ ਹੈ ਜਿਹੜਾ ਇਸ ਤਰ੍ਹਾਂ ਸਮਝ ਲੈਂਦਾ ਹੈ ਗੁਰੂ ਸਾਹਿਬ ਆਉਂਦੇ ਨੇ ਉਹਦੀ ਦ੍ਰਿਸ਼ਟੀ 'ਚ ਨਾ ਕੋ ਉੱਤਮ ਹੈ ਨਾ ਨੀਚ ਹੈ ਜਿਹਦੇ ਹੱਥ 'ਚ ਜ਼ੋਰ ਹੈ ਉਹਦੇ ਵਾਸਤੇ ਨਾ ਕੋਈ ਉੱਤਮ ਹੈ ਨਾ ਨੀਚ ਹੈ ਸਭ 'ਤੇ ਉਹਦੀ ਬਰਾਬਰ ਨਿਗਾਹ ਹੈ ਕਰਮਾਂ ਮੁਤਾਬਕ ਕਿਸੇ 'ਤੇ ਥੋੜ੍ਹੀ ਕਿਸੇ 'ਤੇ ਬਹੁਤੀ ਇਹ ਦੱਸਿਆ ਹੈ ਸਭ ਉੱਪਰ ਹੈ ਕਿਰਪਾ ਤੇਰੀ ਕਿਸੇ ਥੋੜ੍ਹੀ ਕਿਸੇ ਹੈ ਕਨੇਰੀ ਇਸ ਪੌੜੀ ਦਾ ਵੇਦਾਂਤ ਵਾਲਿਆਂ ਨੇ ਇਸ ਤਰ੍ਹਾਂ ਵੀ ਅਰਥ ਲਾਇਆ ਹੈ ਬਈ ਚੁੱਪ ਨਾਲ ਆਖਣ ਨਾਲ ਕਿਸੇ ਤਰ੍ਹਾਂ ਵੀ ਉਹ ਬਲ ਪ੍ਰਾਪਤ ਨਹੀਂ ਹੁੰਦਾ ਆਤਮ ਗਿਆਨ ਵਾਲਾ ਬਲ ਜਿਹੜਾ ਹੈ ਅਖੀਰੀ ਉਹਨਾਂ ਜਾ ਕੇ ਦੱਸਿਆ ਹੈ ਜਿਸ ਹੱਥ ਜ਼ੋਰ ਜਿਹਦੇ ਹੱਥ 'ਚ ਕੋਈ ਵਿੱਦਿਆ ਬਲ ਦਾ ਜ਼ੋਰ ਹੈ
ਕਰ ਵੇਖੇ ਕਰ ਨਾ ਹੱਥ ਦਾ, ਹੱਥ 'ਤੇ ਰੱਖੀ ਹੋਈ ਵਸਤੂ ਜਿਵੇਂ ਪ੍ਰਤੱਖ ਹੁੰਦੀ ਹੈ, ਇਸ ਤਰ੍ਹਾਂ ਜਿੰਨਾ ਜੀਵ ਅਤੇ ਬ੍ਰਹਮ ਦਾ ਗਿਆਨ ਇਸ ਤਰ੍ਹਾਂ ਪ੍ਰਤੱਖ ਕਰ ਲਿਆ ਹੈ, ਉਹਨਾਂ ਦੀ ਬ੍ਰਹਮਾਕਾਰ ਦ੍ਰਿਸ਼ਟੀ ਕਰਕੇ ਨਾ ਕੋ ਉੱਤਮ ਨਾ ਨੀਚ ਹੈ, ਵਿਆਪਕ ਹੋ। ਇਸ ਤੋਂ ਅਗਲੀ ਪੌੜੀ ਨਵਾਂ ਵਿਸ਼ਾ ਚੱਲਿਆ ਹੈ, ਇਹ ਜਿੰਨੀ ਕੁਦਰਤ ਕਾਇਨਾਤ ਹੈ ਇਹਨੂੰ ਗੁਰੂ ਨਾਨਕ ਸਾਹਿਬ ਪੰਜਾਂ ਹਿੱਸਿਆਂ 'ਚ ਵੰਡਿਆ ਹੈ, ਪੰਜਾਂ ਖੰਡਾਂ 'ਚ ਵੰਡਿਆ ਹੈ। ਤਾਂ ਇਹ ਵੀ ਵਿਦਵਾਨਾਂ ਨੇ ਦੱਸਿਆ ਹੈ, ਦਾਨਿਆਂ ਨੇ, ਇਹ ਜਿਹੜੇ ਖੰਡ ਨੇ ਇਹਨਾਂ ਦੀ ਕੋਈ ਦੇਸ਼ ਕਾਲ ਕਰਕੇ ਵਿੱਥ ਨਹੀਂ ਹੈ। ਇਸ ਤਰ੍ਹਾਂ ਨਹੀਂ ਵੀ ਜਿਵੇਂ ਇੱਕ ਵਸਤੂ ਉੱਤੇ ਦੂਜੀ ਵਸਤੂ ਟਿਕਾਓ, ਫਿਰ ਤੀਜੀ ਟਿਕਾਓ, ਫਿਰ ਚੌਥੀ, ਨਾ। ਇਹਨਾਂ ਦਾ ਜਿਹੜਾ ਫਰਕ ਹੈ ਉਹ ਸਥੂਲ ਤੋਂ ਸੂਖਮ ਰੂਪ ਵਿੱਚ, ਜਿਵੇਂ ਮਿੱਟੀ ਹੈ ਉਹਦੇ ਪਾਣੀ ਜਜ਼ਬ ਹੋ ਜਾਂਦਾ ਹੈ, ਪਾਣੀ ਵਿੱਚ ਅੱਗ ਹੈ ਉਦੋਂ ਸੂਖਮ ਹਵਾ ਹੈ, ਉਹ ਤੋਂ ਵੀ ਸੂਖਮ ਆਕਾਸ ਹੈ, ਉਸ ਤੋਂ ਵੀ ਸੂਖਮ ਜੋਤ ਸੱਤਾ ਪ੍ਰਭੂ ਪਰਮਾਤਮਾ ਜਿਹੜਾ ਪਰਿਪੂਰਨ ਹੈ, ਉਹ ਸੱਚਖੰਡ ਦਾ ਵਸਨੀਕ ਹੈ। ਫਿਰ ਉਹਦੇ ਵਿੱਚ ਹੀ ਖੰਡ ਬ੍ਰਹਮਾਂਡ ਦੱਸੇ ਨੇ। ਇਹਦਾ ਭਾਵ ਇਹ ਹੋ ਗਿਆ ਬਈ ਸੱਚਖੰਡ ਜਿਹੜਾ ਹੈ ਉਹ ਕਿਸੇ ਦੇਸ਼ ਕਾਲ ਕਰਕੇ ਉਹਦੀ ਦੂਰੀ ਨਹੀਂ ਹੈ, ਉਹਦੀ ਦੂਰੀ ਬਾਹਰਮੁਖੀ ਹੋਣ ਕਰਕੇ ਹੈ। ਅਤੇ ਜੇ ਸਾਡੀ ਸੁਰਤੀ ਅੰਤਰਮੁਖ ਹੁੰਦੀ ਜਾਏਗੀ, ਅਸਥੂਲ ਤੋਂ ਸੂਖਮਤਾ ਵੱਲ ਵੱਧਦੀ ਜਾਏਗੀ, ਤਾਂ ਇਹ ਸੱਚਖੰਡ ਤੱਕ ਪਹੁੰਚ ਜਾਏਗਾ। ਅਤੇ ਸੱਚਖੰਡ ਦੇ ਵਿੱਚੋਂ ਦੂਰ ਇਹ ਕਿਵੇਂ ਹੋ ਗਿਆ, ਇਹ ਸੁਰਤੀ ਸਾਡੀ ਬਾਹਰਮੁਖੀ ਹੋਣ ਕਰਕੇ, ਬਾਹਰਮੁਖੀ ਅਸਥੂਲ ਪ੍ਰਕਿਰਤੀ ਦੇ ਨਾਲ ਜੁੜ ਗਈ, ਅਸਥੂਲ ਕੁਦਰਤ ਦੇ ਨਾਲ ਜੁੜ ਗਈ, ਅਸਥੂਲ ਨਾਮ ਰੂਪ ਦੇ ਨਾਲ ਜੁੜ ਗਈ, ਇਸ ਪਦਾਰਥ ਨਾਲ ਅਤੇ ਵਿਅਕਤੀ ਨਾਲ ਜੁੜ ਗਈ। ਇਸ ਤਰ੍ਹਾਂ ਫਰਕ ਹੈ, ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੋਵਾ ਅਸਥੂਲੀ, ਤੂੰ ਜਲ ਤਰੰਗ ਤੂੰ ਫੇਨ ਬੁਧਬਦਾ, ਤੁਧ ਬਿਨ ਔਰ ਨਾ ਪਾਲੀਏ ਜੀਉ। ਗੁਰੂ ਸਾਹਿਬ ਨੇ, ਹੇ ਪ੍ਰਭੂ ਤੂੰ ਹੀ ਸੂਖਮ ਤੋਂ ਅਸਥੂਲ ਹੋਇਆ ਹੋਇਆ ਹੈ। ਜਿਵੇਂ ਅਸੀਂ ਇੱਕ ਗੇਰ ਬਦਲਦੇ ਹਾਂ, ਇਸ ਤਰ੍ਹਾਂ ਸਾਡੀ ਚੇਤਨਾ ਦਾ ਜਿਹੜਾ ਗੇਰ ਹੈ, ਸਾਡੀ ਸੁਰਤੀ ਬਿਰਤੀ ਜਿਹੜੀ ਹੈ, ਜਿਉਂ ਜਿਉਂ ਅੰਤਰਮੁਖੀ ਹੁੰਦੀ ਜਾਂਦੀ ਹੈ, ਜਿਉਂ ਜਿਉਂ ਸੂਖਮ ਦੇਸ਼ ਜਾਂਦੀ ਹੈ, ਕੁਝ ਨਾ ਕੁਝ ਤਾਂ ਆਖਣਾ ਪਏਗਾ, ਭਾਵੇਂ ਅਵਸਥਾ ਆਖ ਲਓ, ਦੇਸ਼ ਆਖ ਲਓ, ਵਾਸਤਵ ਵਿੱਚ ਉਹਦੇ 'ਚ ਇਹ ਸਭ ਕਲਪਤ ਹੈ। ਅਸਥੂਲ ਅਤੇ ਸੂਖਮ ਕਰਕੇ ਇਹ ਖੰਡਾਂ ਦੀ ਗਿਣਤੀ ਕੀਤੀ ਹੈ। ਪਹਿਲਾਂ ਜਿੰਨੀ ਵਿਰਾਟ ਪ੍ਰਕਿਰਤੀ ਦਿਸ ਰਹੀ ਹੈ, ਅਸਥੂਲ ਪ੍ਰਕਿਰਤੀ ਦਿਸ ਰਹੀ ਹੈ, ਧਰਤੀ ਹੋ ਗਈ, ਇਹ ਪੰਜਾਂ ਤੱਤਾਂ ਦੀ ਰਚਨਾ ਜਿੰਨੀ ਹੈ, ਇਹਨੂੰ ਗੁਰੂ ਸਾਹਿਬ ਨੇ ਧਰਮ ਖੰਡ ਲਿਆ ਹੈ। ਇਸ ਧਰਮ ਖੰਡ ਦੇ ਵਿੱਚ ਜੀਵ ਧਰਮ ਕਮਾਉਣ ਵਾਸਤੇ ਆਇਆ ਹੈ। ਧਰਮ ਕਿਹਨੂੰ ਆਖਿਆ ਹੈ? ਨਾਮ ਨੂੰ ਅਤੇ ਨਿਸਕਾਮ ਕਰਮਾਂ ਨੂੰ ਸਭ ਤੋਂ ਵੱਡਾ ਧਰਮ ਦੱਸਿਆ ਹੈ। ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਹਰੀ ਦਾ ਸਿਮਰਨ ਕਰਨਾ ਨਿਰਮਲ ਕਰਮ ਕਰਨੇ, ਨਿਰਮਲ ਕਰਮ ਜਿਹਦੇ ਮੈਲ ਨਾ ਹੋਵੇ। ਮੈਲ ਕਿਹੜੇ ਕਰਮ ਹੈ? ਜਿਹਦੇ ਕਿਸੇ ਦੀ ਬੁਰਾਈ ਨਾ ਹੋਵੇ। ਵਵਾ ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬ੍ਰਹਮ ਸਮਾਹੂ, ਫਰੀਦਾ ਜੋ ਤੈਂ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪ ਨੜੇ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ। ਮਤਲਬ ਜਿਹੜੇ ਕੰਮਾਂ 'ਚ ਮੈਲ ਨਾ ਹੋਵੇ, ਬੁਰਾਈ ਨਾ ਹੋਵੇ। ਬੁਰਾਈ ਇੱਕੋ ਹੀ ਸਾਨੂੰ ਲੱਗਦੀ ਹੈ, ਦਵੈਤ ਦੀ, ਅਤੇ ਦਵੈਤ ਤੋਂ ਅਗਾਂ ਫਿਰ ਸਾਰੇ ਔਗਣ ਆ ਜਾਂਦੇ ਨੇ, ਕਿਉਂ ਆਪਾਂ ਦੋ ਸਮਝ ਲਿਆ। ਪਰਮੇਸ਼ਰ ਦੀ ਰਚੀ ਹੋਈ ਸਮਝੀਏ ਅਤੇ ਫਿਰ ਦੁਬਧਾ ਮਿੱਟ ਜਾਏ, ਦੁਆਇਤ ਮਿੱਟ ਜਾਏ।
ਗੁਰੂ ਭਗਤ ਫਰੀਦ ਜੀ ਆਖਿਆ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ। ਵੀ ਸਾਰੀ ਖਲਕਤ ਹੀ ਖੁਦਾ ਛੁਪਿਆ ਹੋਇਆ, ਤੇਰੇ ਪਾਣੇ ਸਰਬੱਤ ਦਾ ਪਤਾ। ਜਦੋਂ ਆਪਾਂ ਮਨ ਬਾਣੀ ਸਰੀਰ ਕਰਕੇ ਸਭ ਦੇ ਭਲੇ 'ਚ ਹੋ ਜਾਵਾਂਗੇ ਤਾਂ ਫਿਰ ਆਪੇ ਮੈਲ ਨਹੀਂ ਲੱਗਣੀ ਸਾਡੇ ਕਰਮ ਨੂੰ। ਸੋ ਨਿਸਕਾਮ ਕਰਮ ਕਰਨੇ, ਸਭ ਦੇ ਭਲੇ ਦੇ ਕਰਮ ਕਰਨੇ। ਉਹ ਜਲੰਧਰ ਇੱਕ ਸੰਤ ਸੀ ਪਰਾ ਰਾਪੁਰ ਵੱਲਾ, ਉਹ ਰਾਹ ਹੀ ਬਣਾਉਂਦਾ ਰਹਿੰਦਾ ਸੀ। ਇੱਕ ਟੋਕਰੀ ਸੀ, ਇੱਕ ਦਾਤਰੀ ਸੀ, ਰੰਬਾ ਸੀ, ਤਰੰਗੜ ਸੀ, ਉਹ ਲੋਕਾਂ ਦੇ ਰਾਹ ਬਣਾਉਂਦਾ ਰਹਿੰਦਾ ਸੀ। ਉਹ ਆਂਦਾ ਜੀ, ਤੁਸੀਂ ਰਾਹ ਬਣਾਓਗੇ ਖਲਕਤ ਦੇ, ਤੁਹਾਡਾ ਅਗਲਾ ਰਾਹ ਆਪ ਹੀ ਸਾਫ਼ ਹੋ ਜਾਏਗਾ। ਅਤੇ ਜੇ ਵੀ ਰਾਹ 'ਤੇ ਕੰਢੇ ਖਿਲਾਰਨੇ ਨੇ ਤਾਂ ਫਿਰ ਸਾਡੇ ਰਾਹ 'ਤੇ ਆਪੇ ਹੀ ਕੰਢੇ ਆ ਜਾਣੇ ਨੇ, ਸੂਲਾਂ ਆਉਣਗੀਆਂ। ਉਹ ਇੱਕ ਮੋਟੀ ਜਿਹੀ ਗੱਲ ਹੈ ਵੀ ਭੈੜੇ ਬੰਦੇ ਤੋਂ ਚੰਗੇ ਕੰਮ ਨਹੀਂ ਹੁੰਦੇ। ਮਿਲ ਗੰਜਿਆਂ ਕਾਣਿਆਂ ਸਲਾਹ ਕੀਤੀ, ਕੁਝ ਅਸੀਂ ਵੀ ਕੰਮ ਸਵਾਰੀਏ ਜੀ, ਠੂਠੇ ਭੰਨ ਮਸੀਤਾਂ ਦੇ ਚੂਰ ਕਰੀਏ ਜਾਂ ਰਾਹ 'ਤੇ ਕੰਢੇ ਖਿਲਾਰੀਏ ਜੀ। ਸੋ ਜਿਹੜੇ ਇਸ ਪ੍ਰਕਿਰਤੀ ਦੇ ਜੀਵ ਨੇ ਉਹ ਧਰਮ ਤੋਂ ਬਹੁਤ ਦੂਰ ਹੁੰਦੇ ਨੇ। ਉਹਨਾਂ ਦੀ ਗੱਲ ਨਹੀਂ ਹੈ, ਗੱਲ ਧਰਮ ਦੀ ਹੈ। ਧਰਮੀ ਉਹ ਬੰਦਾ ਹੁੰਦਾ ਹੈ ਜਿਹੜਾ ਸਾਰੀ ਖਲਕਤ ਨੂੰ ਖੁਦਾ ਦਾ ਰੂਪ ਸਮਝੇ ਅਤੇ ਸਭ ਦੇ ਭਲੇ 'ਚ ਹੋ ਜਾਏ। ਅਤੇ ਬੁਰਾਈ ਸਾਡੇ ਮਨ 'ਚੋਂ ਪੈਦਾ ਹੁੰਦੀ, ਜਦੋਂ ਆਪਾਂ ਮਨ 'ਚ ਸੋਚਣਾ ਬੁਰਾ ਛੱਡ ਦਿੱਤਾ ਅਤੇ ਬੁਰਾ ਬੋਲਿਆ ਵੀ ਨਹੀਂ ਜਾਣਾ ਅਤੇ ਹੱਥਾਂ ਪੈਰਾਂ ਨਾਲ ਵੀ ਬੁਰਾਈ ਨਹੀਂ ਹੋਣੀ। ਮਨ ਬਾਣੀ ਸਰੀਰ ਕਰਕੇ ਭਲਾ ਹੁੰਦਾ, ਮਨ ਬਾਣੀ ਸਰੀਰ ਕਰਕੇ ਬੁਰਾ ਹੁੰਦਾ। ਗੁਰੂ ਨਾਨਕ ਸਾਹਿਬ ਸਾਡੀ ਬੁਰਾਈ ਦੀ ਜੜ ਕੱਢ ਦਿੱਤੀ ਮਨ 'ਚੋਂ, ਤਾਂ ਉਹਨਾਂ ਦਾ ਨਾਅਰਾ ਹੀ ਇਹ ਹੈ, ਤੇਰੇ ਪਾਣੇ ਸਰਬੱਤ ਕਾ ਭਲਾ। ਫਰੀਦ ਜੀ ਆਂਦੇ ਨੇ, ਬੁਰੇ ਦਾ ਵੀ ਭਲਾ ਕਰੋ, ਦੇਹੀ ਰੋਗ ਨਾ ਲੱਗੀ, ਤੁਹਾਡੀ ਦੇਹ ਨਿਰੋਗ ਰਹੇਗੀ, ਖੁਦਾ ਵੱਲੋਂ ਤੁਹਾਨੂੰ ਸਭ ਕੁਝ ਮਿਲੇਗਾ, ਉਹਦੀ ਬਖਸ਼ਿਸ਼ ਮਿਲੇਗੀ। ਸੋ ਮੈਂ ਗੱਲ ਧਰਮ ਦੀ ਕੀਤੀ ਹੈ ਵੀ ਇਹ ਧਰਤੀ ਨੂੰ ਧਰਮਸਾਲ ਆਖਿਆ, ਧਰਮਸਾਲ ਧਰਮ ਦੇ ਕੰਮ ਕਰਨ ਵਾਸਤੇ ਜੀਵ ਆਇਆ ਹੈ। ਅਤੇ ਧਰਮ ਦੋਂ ਅਸੂਲਾਂ ਦਾ ਨਾਂ ਹੈ, ਸਵਾਸ ਸਵਾਸ ਸਿਮਰਨ ਕਰਨਾ ਪ੍ਰਭੂ ਦਾ ਅਤੇ ਨੇਕ ਕਰਮ ਕਰਨੇ ਸਭ ਦੀ ਭਲਾਈ ਵਾਲੇ, ਜਿਹਦੇ ਸਭ ਦਾ ਭਲਾ ਹੋਵੇ, ਜਿਹਦੇ ਸਭ ਨੂੰ ਸੁੱਖ ਮਿਲੇ। ਅਸੀਂ ਇਹਨਾਂ ਦੂਜਾ ਮੈਨੂੰ ਸੁੱਖ ਦੇ, ਸੁੱਖ ਤਾਂ ਦੂਜੇ ਨੂੰ ਮੈਂ ਦੇਣਾ ਹੈ। ਜੇ ਮੈਂ ਦੂਜੇ ਨੂੰ ਸੁੱਖ ਦਿਆਂਗਾ ਤਾਂ ਮੇਰੇ ਤੋਂ ਸੁੱਖ ਆਪੇ ਹੀ ਆ ਜਾਏਗਾ। ਪਰ ਕਾ ਬੁਰਾ ਨਾ ਰੱਖੋ ਚੀ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਅਸੀਂ ਇਹਨਾਂ ਦੂਜਾ ਮੈਨੂੰ ਸੁੱਖ ਦੇ, ਇਹ ਸਾਡੀ ਸੋਚਣੀ ਗਲਤ ਹੈ। ਦੂਜਾ ਮੈਨੂੰ ਜੀ ਆਖੇ ਮੈਂ ਹੋਏ ਆਖਾਂ, ਇਹ ਗਲਤ ਗੱਲ ਹੈ। ਗੁਰੂ ਸਾਹਿਬ ਮਿੱਠਾ ਬੋਲੇ ਨਿਉ ਚੱਲੇ, ਮਹਾਰਾਜ ਤਾਂ ਹੋਏ ਸਭ ਨਾ ਕਿ ਰੇਣ ਕਾ ਤੋ ਆਹੋ ਮਾਰੇ ਪਾਸ। ਪਹਿਲਾਂ ਮੈਨੂੰ ਰੇਣ ਹੋਣਾ ਪਏਗਾ, ਮੈਨੂੰ ਨਿਮਰਤਾ ਧਾਰਨ ਕਰਨੀ ਪਏਗੀ। ਇਹ ਜਿਹੜੇ ਚੰਗੇ ਕੰਮ ਨੇ ਨਾ, ਚੰਗੇ ਗੁਣ ਨੇ, ਇਹੀ ਧਰਮ ਹੈ। ਨਿਰਮਲ ਕਰਮ ਜੂ ਆਖਿਆ, ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪਣਾ ਅਤੇ ਨਿਰਮਲ ਕਰਮ ਕਰਨ ਵਾਸਤੇ ਜੀਵ ਆਇਆ ਹੈ। ਅਤੇ ਨਿਰਮਲ ਕਰਮ ਤਾਂ ਹੋਣਗੇ, ਪਹਿਲਾਂ ਮਨ ਦੀ ਸੋਚਣੀ ਠੀਕ ਕਰੇ, ਫਿਰ ਰਸਨਾ ਤੋਂ ਮਿੱਠਾ ਬੋਲੇ, ਨਿਉ ਕੇ ਚੱਲੇ, ਫਿਰ ਹੱਥਾਂ ਪੈਰਾਂ ਦੇ ਨਾਲ ਸੇਵਾ ਕਰੇ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਜਾਈਏ। ਜੇ ਆਪਾਂ ਰਾਹ ਤੋਂ ਕੰਢੇ ਚੁੱਗਾਂਗੇ ਸਾਡਾ ਆਪੇ ਹੀ ਰਾਹ ਸਾਫ਼ ਹੋ ਜਾਏਗਾ। ਅਤੇ ਜੇ ਅਸੀਂ ਰਾਹ 'ਚ ਟੋਏ ਕੱਢੇ, ਕੰਢੇ ਖਿਲਾਰੇ, ਵੀ ਸਾਡਾ ਵੀ ਰਾਹ ਉਵੇਂ ਦਾ ਹੋ ਜਾਏਗਾ, ਫਿਰ ਦੁੱਖਾਂ ਭਰਿਆ। ਅਤੇ ਜ਼ਹਿਰ ਬੀਜ ਕੇ ਅਤੇ ਅੰਮ੍ਰਿਤ ਦੇ ਫਲ ਥੋੜ੍ਹਾ ਲੱਗਣੇ। ਫਰੀਦਾ ਲੋੜੇ ਜਾਖ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ। ਇਹ ਜੱਟ ਸੀ, ਆਹਦਾ ਬਜਨੌਰ ਸ਼ਹਿਰ ਦੀਆਂ ਦਾਖਾਂ ਮਿਲਣ, ਮੇਵੇ ਮਿਲਣ, ਅਤੇ ਬੀਜਦਾ ਕੀ ਹੈ ਕਿੱਕਰ। ਮਤਲਬ ਵੀ ਬੁਰੇ ਕਰਮ ਕਰਕੇ ਆਖੇ ਮੈਨੂੰ ਸੁੱਖ ਮਿਲੇ, ਹੋ ਨਹੀਂ ਸਕਦਾ। ਖੁਦਾ ਦਾ ਇਹ ਨਿਆਂ ਨਹੀਂ ਹੈ, ਪਰਮਾਤਮਾ ਦਾ ਨਿਆਂ ਨਹੀਂ ਹੈ। ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ,
ਹੰਢੇ ਉਨਕ ਤੈਂ ਦਾ ਪੈਦਾ ਲੋੜੇ ਪੱਟ। ਫਿਰ ਆਖੇ ਮੈਂ ਭੇਡਾਂ ਦੀ ਉਹਨ ਉਣਾ ਕੇ ਅਤੇ ਪੱਟ ਵਰਗਾ ਕੱਪੜੇ ਦੀ ਬੁੱਕਲ ਮਾਰਾਂ, ਉਹ ਤਾਂ ਰੇਸ਼ਮ ਹੋਵੇ ਤਾਂ ਹੀ ਉਹ ਕੱਪੜਾ ਮਿਲੇਗਾ। ਇਸ ਕਰਕੇ ਬਈ ਇਹ ਧਰਤੀ ਨੂੰ ਧਰਮਸਾਲ ਗੁਰੂ ਸਾਹਿਬ ਆਖਿਆ, ਇਹ ਧਰਮ ਖੰਡ ਹੈ। ਧਰਮ ਖੰਡ 'ਚ ਧਰਮ ਕਮਾਏਗਾ ਅਤੇ ਫਿਰ ਸੁਰਤੀ ਜਿਹੜੀ ਹੈ ਗਿਆਨ ਖੰਡ 'ਚ ਪਹੁੰਚ ਜਾਏਗੀ, ਹਰੇਕ ਚੀਜ਼ ਬੇਅੰਤ ਦਿਸੇਗੀ। ਪਹਿਲਾਂ ਧਰਮ ਖੰਡ ਦਾ ਜ਼ਿਕਰ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਪੌੜੀ 'ਚ, ਵੀ ਇੱਥੇ ਤੂੰ ਧਰਮ ਕਮਾ, ਜਦੋਂ ਧਰਮ ਕਰਕੇ ਤੇਰਾ ਮਨ ਸ਼ੁੱਧ ਹੋ ਗਿਆ ਤਾਂ ਗਿਆਨ ਖੰਡ 'ਚ ਪਹੁੰਚ ਜਾਏਗਾ। ਇੱਥੇ ਉਹ ਗਿਆਨ ਜਿਹੜਾ ਬਿਰਤੀ ਗਿਆਨ ਹੈ, ਮਨ ਭੀਤਰ ਹੋਵੇ ਪ੍ਰਗਾਸ, ਇਹਦੇ ਮਨ ਦੇ ਵਿੱਚ ਪ੍ਰਕਾਸ਼ ਹੋ ਜਾਏਗਾ ਗਿਆਨ ਦਾ, ਉਹ ਦੂਜਾ ਖੰਡ ਹੈ। ਅਤੇ ਫਿਰ ਸਰਮ ਖੰਡ 'ਚ ਪਹੁੰਚ ਜਾਏਗਾ, ਸਰਮ ਖੰਡ ਤੋਂ ਕਰਮ ਖੰਡ 'ਚ ਪਹੁੰਚ ਜਾਏਗਾ, ਕਰਮ ਖੰਡ ਤੋਂ ਫਿਰ ਸੱਚਖੰਡ ਪਹੁੰਚ ਜਾਏਗਾ। ਕਈਆਂ ਨੇ ਕਰਮ ਉਪਾਸਨਾ ਅਤੇ ਗਿਆਨ ਦੇ ਹੀ ਅਰਥ ਕੀਤੇ ਨੇ, ਕਈਆਂ ਪੰਜਾਂ ਮੰਜ਼ਿਲਾਂ ਨੂੰ ਲਿਆ। ਸੋ ਜਿਹੜੇ ਨਿਸ਼ਚੇ ਕੀਤੇ ਹੋਏ ਅਰਥ ਜਚੇ ਨੇ ਉਹਨਾਂ ਦੀ ਮੈਂ ਗੱਲ ਕਰ ਰਿਹਾ ਹਾਂ, ਮਹਾਂਪੁਰਸ਼ਾਂ ਤੋਂ ਸੁਣੇ ਨੇ। ਸੋ ਧਰਤੀ ਨੂੰ ਧਰਮਸਾਲ ਦੱਸਿਆ। ਧਰਮਸਾਲ ਦੇ ਦੋ ਅਰਥ ਹੁੰਦੇ ਨੇ, ਇੱਕ ਤਾਂ ਧਰਮ ਕਮਾਉਣ ਦੀ ਜਗ੍ਹਾ, ਦੂਜਾ ਰਾਤ ਕੱਟਣ ਦੀ ਜਗ੍ਹਾ। ਧਰਮਸਾਲ ਲੋਕ ਰਾਤ ਕੱਟਦੇ ਨੇ, ਸਵੇਰੇ ਉੱਠ ਕੇ ਆਪਣਾ ਰਾਹ ਫੜਦੇ ਨੇ। ਇਸ ਤਰ੍ਹਾਂ ਸੰਸਾਰ ਜਿਹੜਾ ਹੈ, ਆ ਧਰਤੀ ਜਿਹੜੀ ਹੈ, ਆ ਸ੍ਰਿਸ਼ਟੀ ਜਿਹੜੀ ਹੈ ਪੰਜਾਂ ਤੱਤਾਂ ਦੀ, ਇਹ ਸਾਡਾ ਸਰੀਰ ਪੰਜਾਂ ਤੱਤਾਂ ਦਾ ਅਸਥੂਲ ਸਰੀਰ, ਇਹ ਅਸਥੂਲ ਸਰੀਰ ਇਹ ਵਿਅਸ਼ਟੀ ਹੈ ਅਤੇ ਜਿਹੜੇ ਸਮਸ਼ਟੀ ਤੱਤ ਨੇ ਇਹ ਉਹਨਾਂ ਦੇ ਆਸਰੇ ਹੈ, ਇਹ ਉਹਨਾਂ ਦੇ ਪਰਨੇ ਹੈ, ਇਹ ਉਹਨਾਂ ਦੇ ਡਿਪੈਂਡ ਹੈ। ਆਪ ਕੋਈ ਵੀ ਸੁਤੰਤਰ ਸੱਤਾ ਨਹੀਂ ਕਿਸੇ ਦੀ ਵੀ, ਅਸੀਂ ਸਭ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਉਸ ਸਮਸ਼ਟੀ ਤੱਤਾਂ ਤੋਂ ਬਿਨਾਂ ਵਿਅਸ਼ਟੀ ਰਹਿ ਹੀ ਨਹੀਂ ਸਕਦਾ। ਜੇ ਸਾਰੀ ਵਾਯੂ 'ਚ ਵਿਕਾਰ ਆ ਜਾਏਗਾ, ਪ੍ਰਦੂਸ਼ਣ, ਹੁਣ ਕਿੰਨਾ ਫਿਕਰ ਪਿਆ ਹੈ ਭਾਈ, ਜਦੋਂ ਵਾਯੂ ਸਾਰੀ ਖਰਾਬ ਹੋਊਗੀ ਸਾਡਾ ਸਾਹ ਸਵਾਸ ਜਿਹੜਾ ਹੈ, ਇਹ ਵਿਅਸ਼ਟੀ ਜਿਹੜਾ ਹੈ ਕਿਵੇਂ ਸਾਫ਼ ਰਹਿ ਜਾਏਗਾ। ਸੋ ਵਿਅਸ਼ਟੀ ਜਿਹੜਾ ਸਮਸ਼ਟੀ ਦੇ ਆਸਰੇ ਹੈ। ਸਾਰਾ ਪਾਣੀ ਜਿਹੜਾ ਹੈ ਦੂਸ਼ਿਤ ਹੋ ਜਾਏ ਤਾਂ ਮੇਰੇ ਘਰ ਵਾਲਾ ਥੋੜ੍ਹਾ ਜਿਹਾ ਪਾਣੀ ਕਿਵੇਂ ਠੀਕ ਰਹਿ ਜਾਏਗਾ। ਸਾਰੀ ਧਰਤੀ ਦਾ ਪਾਣੀ ਖਰਾਬ ਹੋ ਜਾਏ ਅਤੇ ਸਾਰੀ ਹਵਾ ਦੂਸ਼ਿਤ ਹੋ ਜਾਏ ਅਤੇ ਮੇਰੀ ਥੋੜ੍ਹੀ ਜਿਹੀ ਘਰ ਦੀ ਵਾਹ ਕਿਵੇਂ ਠੀਕ ਰਹੇਗੀ ਸਰੀਰ ਦੀ। ਸੋ ਗੁਰੂ ਸਾਹਿਬ ਨੇ ਇਸ ਤਰ੍ਹਾਂ ਮੰਜਲੋ ਮੰਜਲੀ ਇਹ ਸੁਰਤੀ ਦਾ ਚੜਾਓ ਦੱਸਿਆ ਹੈ। ਅਤੇ ਉਹ ਜਿਹੜੀ ਸੁਰਤੀ ਦੀ ਅਵਸਥਾ ਉੱਚੀ ਦੱਸੀ ਹੈ, ਇਹ ਮਤਲਬ ਇਸ ਤਰ੍ਹਾਂ ਨਹੀਂ ਵੀ ਜਿਵੇਂ ਅਸੀਂ ਆਕਾਸ਼ ਨੂੰ ਉਤਾਂ ਚੜ੍ਹਨਾ ਹੈ ਨਾ, ਇਹ ਅਸਾਂ ਅਸਥੂਲ ਤੋਂ ਸੂਖਿਅਮ ਵੱਲ ਨੂੰ ਜਾਣਾ ਹੈ। ਮਤਲਬ ਬਾਹਰਮੁਖੀ ਜਿਹੜੀ ਸੁਰਤੀ ਹੈ ਉਹ ਅੰਤਰਮੁਖੀ ਲਿਜਾਣੀ ਹੈ। ਜਿਵੇਂ ਜਾਗਰਤ ਅਵਸਥਾ ਤੋਂ ਸੁਪਨੇ 'ਚ ਟੁਰ ਜਾਂਦੇ ਉਹ ਸੂਖਿਅਮ ਅਵਸਥਾ, ਫਿਰ ਸੁਪਨੇ ਤੋਂ ਸੁਸ਼ੁਪਤੀ 'ਚ ਟੁਰ ਜਾਂਦੇ, ਸੁਸ਼ੁਪਤੀ ਤੋਂ ਫਿਰ ਹੋਰ ਸੂਖਿਅਮ ਅਵਸਥਾ ਸਮਾਧੀ, ਜਿਹਨੂੰ ਜਿਹਦੀ ਲੱਗਦੀ ਉਹਨੂੰ ਪਤਾ ਹੈ, ਧਿਆਨ ਦੀ ਅਵਸਥਾ ਹੈ, ਸਮਾਧੀ ਦੀ ਅਵਸਥਾ ਹੈ। ਸੋ ਇਸ ਤਰ੍ਹਾਂ ਪਹਿਲਾਂ ਧਰਮ ਖੰਡ 'ਚ ਧਰਮ ਕਮਾਏ ਸਿੱਖ ਜਗਿਆਸੂ, ਫਿਰ ਧਰਮੀ ਬੰਦੇ ਦਾ ਮਨ ਜਿਹੜਾ ਹੈ ਉਹ ਗਿਆਨ ਖੰਡ 'ਚ ਉਹਨੂੰ ਇਹ ਕੁਦਰਤ ਦੀ ਵਿਸ਼ਾਲਤਾ ਦਾ ਪਤਾ ਲੱਗੇਗਾ ਅਤੇ ਸਾਡੀ ਹੋਂ ਹੌਲੀ ਹੌਲੀ ਖਤਮ ਹੋਣ ਲੱਗ ਜਾਏਗੀ ਵੀ ਮੈਂ ਤਾਂ ਕੁਝ ਵੀ ਨਹੀਂ, ਮੈਂ ਤਾਂ ਸਾਗਰ ਦੇ ਕੇ ਬੂੰਦ ਮਾਤਰ ਹਾਂ, ਮੈਂ ਤਾਂ ਇੱਕ ਸੂਰਜ ਦੇ ਅੱਗੇ ਛੋਟਾ ਜਿਹਾ ਟਟਹਿਣਾ ਹਾਂ, ਵੀ ਮੇਰੀ ਕੀ ਔਕਾਤ ਹੈ, ਮੇਰੀ ਕੀ ਸੱਤਾ ਹੈ। ਫਿਰ ਇਹ ਗਿਆਨ ਖੰਡ ਦੀ ਸੁਰਤੀ ਤਾਂ ਜਾਏਗੀ ਜੇ ਪਹਿਲਾਂ ਧਰਮ ਖੰਡ ਕਮਾਏਗਾ। ਅਤੇ ਗੁਰੂ ਨਾਨਕ ਸਾਹਿਬ ਇਸ ਧਰਤੀ ਤੋਂ ਸ਼ੁਰੂ ਕੀਤਾ ਹੈ, ਕਿਉਂ ਅਸੀਂ ਅਸਥੂਲ ਸਰੀਰ 'ਚ ਅਜੇ ਸਾਡਾ ਡੇਰਾ ਹੈ, ਅਸੀਂ ਦੇਹ ਦੇ ਅਧਿਆਸੀ ਹਾਂ,
ਦੇਹ ਦਿਆਸ ਥੋੜ੍ਹਾ ਟੁੱਟ ਗਿਆ ਹੈ। ਕੋਈ ਬਹੁਤ ਉੱਚੀਆਂ ਗੱਲਾਂ ਕੀਤੀਆਂ, ਜਿੰਨਾ ਚਿਰ ਜੀਵਨ ਉੱਚਾ ਨਾ ਹੋਵੇਗਾ ਉਨਾ ਚਿਰ ਉਹ ਰਸ ਨਹੀਂ ਆਉਣਾ। ਦਸਵੇਂ ਮਹਾਰਾਜ ਨੇ ਰਹਿਣੀ ਰਹੇ ਸੋ ਸਿੱਖ ਮੇਰਾ, ਵੀ ਜਿਹੜਾ ਰਹਿਣੀ ਰਹਿਤ ਰੱਖੇਗਾ, ਬਈ ਮੁੱਲ ਤਾਂ ਪੈਣਾ ਰਹਿਤ ਦਾ, ਮੁੱਲ ਪੈਣਾ ਹੈ ਰਹਿਣੀ ਦਾ, ਮੁੱਲ ਪੈਣਾ ਹੈ ਅਮਲ ਦਾ, ਮੁੱਲ ਪੈਣਾ ਹੈ ਮੰਨਣ ਕਰਨ ਕਰ, ਮੁੱਲ ਪੈਣਾ ਹੈ ਸਿਮਰਨ ਕਰਕੇ ਸੇਵਾ ਕਰ, ਮੁੱਲ ਪੈਣਾ ਸ਼ੁਭ ਗੁਣਾਂ ਨੂੰ ਧਾਰਨ ਕਰਨ ਕਰਕੇ, ਮੁੱਲ ਪੈਣਾ ਇਹ ਕਿੰਨਾ ਅਸੀਂ ਇਹ ਮੰਨ ਲਿਆ ਗੁਰੂ ਦੀ ਗੱਲ ਨੂੰ, ਕਿੰਨੀ ਅਸੀਂ ਗੁਰੂ ਮਤ ਗ੍ਰਹਿਣ ਕੀਤੀ ਹੈ, ਕਿੰਨਾ ਕੁ ਅਸੀਂ ਅਮਲ ਕੀਤਾ ਗੁਰੂ ਦੇ ਬਚਨਾਂ 'ਤੇ, ਇਹ ਫਿਰ ਰਹਿਣੀ ਰਹਿਤ ਰੱਖੇਗਾ। ਸੋ ਧਰਮਖੰਡ ਤੋਂ ਸ਼ੁਰੂ ਕਰਨਾ ਹੈ, ਧਰਮਖੰਡ ਇਹ ਧਰਤੀ ਦਾ ਨਾਂ ਹੈ, ਗੁਰੂ ਸਾਹਿਬ ਇੱਥੋਂ ਸ਼ੁਰੂ ਕੀਤਾ ਹੈ। ਇਸ ਪੌੜੀ 'ਚ 33 ਪੌੜੀਆਂ ਹੋਈਆਂ ਨੇ, ਪਹਿਲਾਂ ਇਹ 34ਵੀਂ ਪੌੜੀ ਹੈ, ਰਾਤੀ ਰੁੱਤੀ ਥਿੱਤੀ ਵਾਰ, ਇੱਥੇ ਰਾਤਾਂ ਨੇ, 6 ਰੁੱਤਾਂ ਨੇ, ਥਿੱਤਾਂ ਨੇ, 15 7 ਵਾਰ ਨੇ, ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ, 7 ਵਾਰ ਨੇ, 15 ਥਿੱਤਾਂ ਨੇ, 6 ਰੁੱਤਾਂ ਨੇ, ਫਿਰ ਰਾਤਾਂ ਨੇ, ਹਰ ਰਾਤ ਦੇ ਨਾਲ ਦਿਨ ਹੈ, ਹਰੇਕ ਦਿਨ ਦੇ ਨਾਲ ਰਾਤ ਹੈ। ਗੁਰੂ ਸਾਹਿਬ ਨੇ ਇਸ ਧਰਤੀ ਦੇ ਉੱਤੇ ਪ੍ਰਭੂ ਪਰਮਾਤਮਾ ਨੇ ਇਹ ਕਿਵੇਂ ਵੰਡ ਕੀਤੀ ਹੋਈ ਹੈ, ਰਾਤਾਂ ਬਣਾਈਆਂ ਨੇ, ਰਾਤਾਂ ਬਣਾਈਆਂ ਨੇ, ਰੁੱਤਾਂ ਬਣਾਈਆਂ ਨੇ, ਥਿੱਤਾਂ ਬਣਾਈਆਂ, 7 ਵਾਰ ਬਣਾ ਦਿੱਤੇ, ਫਿਰ ਪੌਣ ਪਾਣੀ ਅਗਨੀ ਪਾਤਾਲ, ਇੱਥੇ ਪੌਣ ਹੈ, ਪਾਣੀ ਹੈ, ਅੱਗ ਹੈ, ਪਾਤਾਲ ਮਤਲਬ ਹੇਠਲੇ ਲੋਕ ਵੀ ਅਤੇ ਉਤਲੇ ਲੋਕ ਵੀ, ਸਾਰਿਆਂ ਦੇ ਵਿੱਚ ਇਹ ਸਾਰੀ ਰਚਨਾ ਜਿਹੜੀ ਹੈ, ਹੇਠਲੀ ਉਤਲੀ, ਇਹ ਸਾਰੀ 5 ਤੱਤਾਂ ਦੀ ਹੈ, ਪੌਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਹ 5 ਤੱਤਾਂ ਦਾ ਜਿਹੜਾ ਹੈ ਨਾ ਮਜ਼ਮੂਆ, ਇਹਦੀ ਧਰਤੀ ਜਿਹੜੀ ਹੈ ਇੱਕ ਧਰਮਸਾਲ ਬਣਾ ਦਿੱਤੀ ਪ੍ਰਭੂ ਪਰਮਾਤਮਾ ਨੇ, ਕਿਉਂ ਕੋਈ ਜਗ੍ਹਾ ਚਾਹੀਦੀ ਹੈ ਨਾ ਜਿੱਥੇ ਕੋਈ ਚੀਜ਼ ਬਣਾਈ ਜਾਏ। ਇਸ 5 ਤੱਤਾਂ ਦੀ, 5 ਤੱਤ ਨੇ ਨਾ ਜਿਹੜੇ ਵੱਡੇ, ਪੌਣ ਪਾਣੀ ਅਗਨੀ, ਇਹਨਾਂ 5 ਤੱਤਾਂ ਦੇ ਵਿੱਚ ਇਹ ਧਰਤੀ ਜਿਹੜੀ ਹੈ ਨਾ, ਵੈਸੇ ਤਾਂ ਕਰੋੜਾਂ ਹੀ ਬ੍ਰਹਿਮੰਡ ਦੱਸੇ ਨੇ, ਕੋਟ ਬ੍ਰਹਿਮੰਡ ਕੋਠਾ ਧਰਤੀ, ਹੋਰ ਪਰੇ ਹੋਰ ਹੋਰ, ਪਰ ਆਹ ਧਰਤੀ ਜਿਹੜੀ ਹੈ ਇਹ ਧਰਮਸਾਲ ਹੈ, ਕਿਉਂ ਇਹਨੂੰ ਕਰਮ ਭੂਮੀ ਵੀ ਦੱਸਿਆ ਅੱਗੇ ਜਾ ਕੇ, ਤੀਆ ਕਰਮ ਭੂਮੀ, ਇਹ ਕਰਮ ਕਰਨ ਦੀ ਜਗ੍ਹਾ, ਭਾਰਤ ਭੂਮੀ ਹੈ ਨਾ, ਤਾਂ ਕਰਕੇ ਇਹਨੂੰ ਕਰਮ ਭੂਮੀ ਦੱਸਿਆ, ਕਰਮ ਭੂਮੇ ਬੋਵੋ ਨਾਮ, ਇਹ ਕਰਮ ਭੂਮੀ 'ਚ ਨਾਮ ਬੀਜਣ ਵਾਸਤੇ ਜੀਵ ਆਉਂਦਾ ਹੈ। ਹੋਰ ਧਰਤੀਆਂ ਵੀ ਨੇ, ਕੋਈ ਭੋਗ ਭੂਮੀਆਂ ਨੇ, ਉੱਥੇ ਕੀਤੇ ਕਰਮ ਦਾ ਫਲ ਹੀ ਭੋਗਦਾ ਜੀਵ, ਜਿਵੇਂ ਸਵਰਗ ਹੈ, ਉੱਥੇ ਇੱਥੋਂ ਦੇ ਕੀਤੇ ਹੋਏ ਕਰਮ, ਜਿਵੇਂ ਕੋਈ 100 ਅਸ਼ਵਮੇਧ ਯੱਗ ਕਰੇ ਸਵਰਗ ਦਾ ਰਾਜਾ ਬਣ ਜਾਂਦਾ ਹੈ, ਇਸੇ ਹੀ ਤਰ੍ਹਾਂ ਕੋਈ ਕਰਮ ਭੂਮੀਆਂ ਨੇ, ਕੋਈ ਭੋਗ ਭੂਮੀਆਂ ਨੇ। ਇਹ ਭਾਰਤ ਖੰਡ ਨੂੰ ਕਰਮ ਭੂਮੀ ਦੱਸਿਆ, ਇੱਥੇ ਜੀਵ ਧਰਮ ਕਮਾ ਸਕਦਾ ਹੈ, ਕਰਮ ਕਰ ਸਕਦਾ ਹੈ। ਸੋ ਇਹ ਧਰਤੀ ਧਰਮਸਾਲ ਹੈ, ਇੱਕ ਤਾਂ ਇੱਥੇ ਰਾਤ ਕੱਟਣ ਦੀ ਜਗ੍ਹਾ, ਇਹ ਥੋੜ੍ਹੇ ਚਿਰ ਦਾ ਜੀਵਨ ਹੈ ਤਾਂ ਵੀ ਧਰਮਸਾਲ ਹੈ, ਇੱਥੇ ਆਪਾਂ ਸਦਾ ਨਹੀਂ ਰਹਿ ਸਕਦੇ, ਤਾਂ ਹੀ ਇਹਨੂੰ ਮ੍ਰਿਤ ਲੋਕ ਵੀ ਆਖਿਆ, ਧਰਮਸਾਲ ਵੀ ਆਖਿਆ। ਵੀ ਧਰਮਸ਼ਾਲਾ 'ਚ ਜਿਹੜੇ, ਧਰਮਸ਼ਾਲਾ 'ਚ ਉੱਥੋਂ ਦੇ ਅਧਿਕਾਰੀ ਹੁੰਦੇ ਨੇ, ਉਹ ਆਉਂਦੇ ਨੇ ਬਈ ਇੱਥੇ 3 ਦਿਨ ਰਹਿ ਸਕਦਾ ਹੈ, ਕਿਤੇ ਮਰਿਆਦਾ ਹੁੰਦੀ ਹੈ 8 ਪਰ ਰਹਿ ਸਕਦਾ ਹੈ, ਇੱਥੋਂ ਦੀ ਮਰਿਆਦਾ 100 ਸਾਲ ਦੀ ਬੱਧੀ ਹੋਈ ਹੈ, ਵੈਸੇ ਤਾਂ ਹੁਣ ਔਸਤਨ ਉਮਰ 60-70 ਸਾਲ ਹੀ ਰਹਿ ਗਈ ਹੈ, ਪਰ 100 ਸਾਲ ਪ੍ਰਮਾਣ ਰੱਖਿਆ ਹੈ, ਅਹੁਦੀ ਰੱਖੀ ਹੈ ਇਹਦੀ। ਮਹਾਰਾਜ ਜੀ ਆਉਂਦੇ ਨੇ ਇਹ ਧਰਤੀ ਧਰਮਸਾਲ ਹੈ, ਇੱਥੇ ਧਰਮ ਕਮਾਓ ਅਤੇ ਰਾਤ ਕੱਟੋ, ਅਤੇ ਫਿਰ ਇਸ ਧਰਮ ਕਮਾਏ ਹੋਏ ਦਾ ਫਲ ਜਿਹੜਾ ਹੈ ਉਹ ਤੁਹਾਨੂੰ
ਉਤਲੇ ਲੋਕਾਂ 'ਚ ਲੈ ਜਾਏਗਾ, ਅਗਲੀ ਅਵਸਥਾ 'ਚ ਲੈ ਜਾਏਗਾ, ਹੋਰ ਸੂਖਸ਼ਮ ਲੋਕਾਂ 'ਚ ਲੈ ਜਾਏਗਾ, ਪ੍ਰਭੂ ਦੇ ਦਰਬਾਰ 'ਚ ਕਬੂਲ ਪੈ ਜਾਓਗੇ। ਤੋ ਬਾਣੀ 'ਚ ਦੱਸਿਆ ਜੋ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬਹਿਸਣ ਪਾਈਏ, ਕਹੋ ਨਾਨਕ ਬਾਂਹ ਲੁਡਾਈਏ, ਫਿਰ ਉਹ ਬਾਂਹ ਮਾਰਦਾ ਜਾਏਗਾ, ਮਤਲਬ ਬੇਪਰਵਾਹ ਹੋ ਕੇ ਜਾਏਗਾ। ਇੱਥੇ ਜਿਹੜਾ ਧਰਮ ਕਮਾ ਕੇ ਜਾਂਦਾ ਨਾ ਇਸ ਧਰਤੀ 'ਤੇ, ਉਹਨੂੰ ਹੈਗਾ ਉੱਚੇ ਲੋਕ ਮਿਲਦੇ ਨੇ, ਚੰਗੀ ਜਗ੍ਹਾ ਮਿਲਦੀ ਹੈ। ਅਤੇ ਜੇ ਕੋਈ ਨਿਸਕਾਮ ਧਰਮ ਕਰੇ ਉਹਦਾ ਸ਼ੁੱਧ ਮਨ ਹੋ ਜਾਂਦਾ ਹੈ, ਨਿਰਮਲ ਮਨ ਹੋ ਜਾਂਦਾ ਹੈ, ਇਕਾਗਰ ਮਨ ਹੋ ਜਾਂਦਾ ਹੈ, ਪ੍ਰੇਮਾ ਭਗਤੀ ਵਾਲਾ ਮਨ ਹੋ ਜਾਂਦਾ ਹੈ, ਧਿਆਨ ਵਾਲਾ ਮਨ ਹੋ ਜਾਂਦਾ, ਵਿਰਾਗ ਵਾਲਾ ਹੋ ਜਾਂਦਾ, ਵਿਵੇਕ ਵਾਲਾ ਹੋ ਜਾਂਦਾ। ਉਹਨੂੰ ਅਸਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਸਰੂਪ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ, ਇੱਕਮਿਕ ਹੋ ਜਾਂਦਾ ਹੈ। ਪਰ ਜੇ ਸਕਾਮ ਵੀ ਕਰੇ ਫਿਰ ਵੀ ਦੋਹੀਂ ਹੱਥੀਂ ਲੱਡੂ ਨੇ, ਫਿਰ ਵੀ ਇਹਨੂੰ ਅੱਛੀ ਜਗ੍ਹਾ ਨਸੀਬ ਹੁੰਦੀ ਹੈ। ਗੁਰੂ ਸਾਹਿਬ ਆਉਂਦੇ ਨੇ, ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਵ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ। ਇਹਦੇ 'ਚ ਕਈ ਤਰ੍ਹਾਂ ਦੇ ਜੀਵ ਨੇ, ਇੱਕ ਤਰ੍ਹਾਂ ਦਾ ਜੀਵ ਨਹੀਂ ਹੈ, ਕਈ ਜੁਗਤਾਂ ਵਾਲੇ, ਕਈ ਰੰਗਾਂ ਵਾਲੇ। ਅਤੇ ਇਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਉਹਨਾਂ ਦੇ ਨਾਂ ਅਨੇਕਾਂ ਹੀ ਦੱਸੇ ਨੇ ਅਤੇ ਅਨੰਤ ਦੱਸੇ ਨੇ। ਅਨੇਕਾਂ ਹੀ ਜੁਗਤਾਂ ਦੇ ਨਾਲ ਉਹ ਪੈਦਾ ਹੋ ਰਹੇ ਨੇ, ਅਨੇਕਾਂ ਹੀ ਜੁਗਤੀਆਂ ਨਾਲ ਰਹਿ ਰਹੇ ਨੇ, ਅਨੇਕਾਂ ਹੀ ਉਹ ਰੰਗਾਂ ਦੇ ਨੇ। ਉਹਨਾਂ ਦੇ ਰੰਗ ਅਤੇ ਉਹ ਕਿਸ ਜੁਗਤ ਨਾਲ ਕਿਵੇਂ ਕਿਵੇਂ ਪੈਦਾ ਹੋ ਰਹੇ ਨੇ, ਕਿਵੇਂ ਕਿਵੇਂ ਉਹ ਟਿਕੇ ਹੋਏ ਨੇ, ਇਹਦਾ ਅੰਤ ਨਹੀਂ ਹੈ, ਗੁਰੂ ਸਾਹਿਬ ਦੱਸ ਰਹੇ ਨੇ। ਮਤਲਬ ਇਸ ਧਰਮਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜੀਵ ਕਿਵੇਂ ਕਿਵੇਂ ਰਹਿ ਰਹੇ ਨੇ, ਕਿਵੇਂ ਰੰਗਾਂ ਦੇ, ਉਹਨਾਂ ਦੇ ਨਾਮ ਹੀ ਨਹੀਂ ਗਿਣੇ ਜਾਂਦੇ ਅਤੇ ਉਹਨਾਂ ਦੇ ਰੂਪ ਵੀ ਨਹੀਂ ਗਿਣੇ ਜਾਂਦੇ। ਤਿੰਨ ਕੇ ਨਾਮ ਅਨੇਕ ਅਨੰਤ, ਉਹਨਾਂ ਦੇ ਨਾਂ ਜੇ ਗਿਣੀਏ ਤਾਂ ਗੁਰੂ ਸਾਹਿਬ ਨੇ ਅਨੇਕਾਂ ਹੀ ਨੇ, ਫਿਰ ਆਉਂਦੇ ਨਹੀਂ ਅਨੰਤ ਨੇ, ਵੀ ਗਿਣੇ ਨਹੀਂ ਜਾਂਦੇ। ਇਸ ਗਿਣਤੀ ਮਿਣਤੀ ਨੂੰ ਛੱਡੋ। ਫਿਰ ਆਉਂਦੇ ਨੇ ਕਰਮੀ ਕਰਮੀ ਹੋਏ ਵਿਚਾਰ। ਇਸ ਧਰਮਸਾਲ ਜਿੰਨੇ ਵੀ ਜੀ ਨੇ ਜਦੋਂ ਇੱਥੋਂ ਜਾਣਗੇ ਪਰਮਾਤਮਾ ਦੇ ਦਰਬਾਰ 'ਚ ਧਰਮਰਾਜ ਦੇ ਸਾਹਮਣੇ, ਉੱਥੇ ਸਭ ਦੇ ਕਰਮਾਂ ਦੀ ਵਿਚਾਰ ਹੁੰਦੀ ਹੈ ਵੀ ਇਹਦੇ ਪੁੰਨ ਜ਼ਿਆਦੇ ਨੇ ਕਿ ਪਾਪ ਜ਼ਿਆਦੇ ਨੇ, ਇਹਨੇ ਕਿੰਨਾ ਕੁ ਧਰਮ ਕਮਾਇਆ, ਧਰਮੀ ਹੈ ਕਿ ਆਧਰਮੀ ਹੈ। ਇਹ ਮਤਲਬ ਜੀਵ ਜਿਹੜਾ ਹੈ ਇੱਥੋਂ ਕੁਝ ਖੱਟ ਕੇ ਗਿਆ ਹੈ ਕਿ ਗਵਾ ਕੇ ਗਿਆ ਹੈ ਕੁਝ। ਪ੍ਰਭੂ ਵੱਲੋਂ ਇਹਨੂੰ ਇਹ ਮੌਕਾ ਮਿਲਿਆ ਸੀ, 24,000 ਸਵਾਸ ਮਿਲੇ ਸਨ, ਅਮੋਲਕ ਮਨੁੱਖ ਦੇਹ ਮਿਲੀ ਸੀ, ਬੇਮੁੱਲਾ ਸਮਾਂ ਮਿਲਿਆ ਸੀ, ਅੱਛੀ ਕਰਮ ਭੂਮੀ ਧਰ ਭਾਰਤ ਖੰਡ ਵਾਲੀ ਜਗ੍ਹਾ ਮਿਲੀ ਸੀ। ਰਿਸ਼ੀਆਂ ਮੁਨੀਆਂ ਦੀ ਇਹ ਧਰਤੀ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੋਂ ਦੇ ਸੰਸਕਾਰ ਚੰਗੇ ਨੇ, ਇੱਥੋਂ ਸਾਰੇ ਆਸਤਕ ਲੋਕ ਨੇ, ਹੈਨ ਤਾਂ ਨਾਸਤਕ ਵੀ ਪਰ ਬਹੁਤ ਘੱਟ ਗਿਣਤੀ ਹੈ। ਇਹ ਆਸਤਕ ਦੇਸ਼ ਹੈ, ਪਰਮੇਸ਼ਵਰ ਨੂੰ ਮੰਨਣ ਵਾਲਾ। ਇਹ ਧਰਮ ਖੰਡ ਹੈ, ਕਰਮ ਭੂਮੀ ਹੈ, ਇੱਥੋਂ ਦੇ ਕੀਤੇ ਕਰਮ, ਸਭ ਦੇ ਕਰਮਾਂ ਦੀ ਵਿਚਾਰ ਹੁੰਦੀ ਹੈ ਵੀ ਇਹਦੇ ਕਿਵੇਂ ਦੇ ਕਰਮ ਨੇ, ਉਹਦੇ ਕਰਮਾਂ ਮੁਤਾਬਕ ਉਹਨੂੰ ਫਿਰ ਫਲ ਮਿਲਦਾ ਹੈ। ਜੇ ਚੰਗੇ ਕਰਮ ਹੋਏ ਸੱਚਖੰਡ ਨੂੰ, ਸੁਰਗ ਨੂੰ ਜਾਏ, ਮਾੜੇ ਕਰਮ ਹੋਏ ਨਰਕ ਨੂੰ। ਜੇ ਵੀ ਬਰਾਬਰ ਰਹਿ ਗਏ ਪੁੰਨ ਪਾਪ, ਫਿਰ ਦੁਬਾਰੇ ਮਨੁੱਖ ਦੇ ਮਿਲ ਸਕਦੀ, ਜਿਵੇਂ ਕੰਪਾਰਟਮੈਂਟ ਆ ਜਾਂਦੀ ਬੱਚੇ ਦੀ। ਕਰਮੀ ਕਰਮੀ ਹੋਏ ਵਿਚਾਰ, ਸਭ ਦੇ ਕਰਮਾਂ ਦੀ ਵਿਚਾਰ ਹੁੰਦੀ ਹੈ। ਕਿੱਥੇ ਸੱਚਾ ਆਪ ਸੱਚਾ ਦਰਬਾਰ, ਗੁਰੂ ਨਾਨਕ ਸਾਹਿਬ ਨੇ ਜਿੱਥੇ ਉਹ ਸੱਚੇ ਦਾ ਦਰਬਾਰ ਲੱਗਾ ਹੈ, ਜਿੱਥੇ ਉਹ ਆਪ ਸੱਚਾ ਬੈਠਾ ਦਰਬਾਰ ਲਾ ਕੇ, ਉੱਥੇ ਸਭ ਜੀਵਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਹੈ। ਤਿੱਥੇ ਸੋਹਣ ਪੰਚ ਪ੍ਰਵਾਨ, ਉੱਥੇ ਫਿਰ ਉਹਦੇ ਦਰਬਾਰ 'ਚ ਕਿੰਨੂ ਸੋਭਾ ਮਿਲਦੀ ਹੈ, ਆਉਂਦੇ ਨੇ ਪੰਚਾਂ ਨੂੰ। ਤਿੱਥੇ ਸੋਹਣ ਪੰਚ ਪ੍ਰਵਾਨ, ਉੱਥੇ ਜਿਹੜੇ ਪ੍ਰਵਾਨ ਨੇ ਨਾ ਕਬੂਲ ਹੁੰਦੇ ਨੇ,
ਉਹ ਪੰਚ ਨੇ, ਪਹਿਲਾਂ ਦਸ ਵੀ ਆਏ ਨੇ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗੇ ਮਾਨ, ਪੰਚਾਂ ਕਾ ਗੁਰੇਕ ਧਿਆਨ। ਜਿਨ੍ਹਾਂ ਨੂੰ ਇੱਕੋ ਧਿਆਨ, ਜਿਨ੍ਹਾਂ ਦਾ ਗੁਰੂ ਧਿਆਨ ਹੈ, ਉਹ ਪੰਚ ਨੇ, ਉਹ ਸੰਤ ਨੇ, ਉਹ ਬਖਸ਼ੇ ਹੋਏ ਨੇ। ਜਿਹੜੇ ਜਿਨ੍ਹਾਂ ਨੇ ਇੱਥੇ ਧਰਮਸ਼ਾਲੇ ਧਰਮ ਕਮਾਇਆ ਹੈ, ਉਹ ਪੰਚ ਨੇ, ਉਹ ਪ੍ਰਭੂ ਦੇ ਦਰਬਾਰ ਹੀ ਸੋਭਾ ਪਾਉਂਦੇ ਨੇ, ਉਹਨਾਂ ਨੂੰ ਸਤਿਕਾਰ ਮਿਲਦਾ ਹੈ, ਉਹਨਾਂ ਨੂੰ ਪ੍ਰਭੂ ਸ਼ਾਬਾਸ਼ ਦਿੰਦਾ ਹੈ ਅਤੇ ਆਪਣੇ ਉੱਚੇ ਲੋਕ ਵਿੱਚ ਉਹਨਾਂ ਨੂੰ ਜਗ੍ਹਾ ਦਿੰਦਾ ਹੈ। ਤਿੱਥੇ ਸੋਹਣ ਪੰਚ ਪ੍ਰਵਾਨ, ਪੰਚ ਜਿਹੜੇ ਨੇ ਉੱਥੇ ਸੋਹਦੇ ਨੇ, ਸੋਭਦੇ ਨੇ, ਬੜੇ ਸੋਹਣੇ ਲੱਗਦੇ ਨੇ ਪ੍ਰਭੂ ਪਰਮਾਤਮਾ ਦੇ ਦਰ 'ਤੇ, ਉਹਨਾਂ ਦੀ ਬੜੀ ਸੋਭਾ ਹੁੰਦੀ ਹੈ ਉਹਨਾਂ ਪੰਚਾਂ ਦੀ, ਸੰਤਾਂ ਦੀ, ਬਖਸ਼ਿਆਂ ਹੋਇਆਂ ਦੀ, ਧਰਮੀਆਂ ਦੀ। ਉਹ ਕੌਣ ਨੇ? ਨਦਰੀ ਕਰਮ ਪਵੇ ਨਿਸ਼ਾਨ, ਉਹਨਾਂ ਉੱਤੇ ਪ੍ਰਭੂ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਦਾ ਨਿਸ਼ਾਨ ਪਿਆ ਹੈ। ਨਿਸ਼ਾਨ ਜਿਵੇਂ ਅਸੀਂ ਕਿਸੇ ਨੂੰ ਠੱਪਾ ਲਾ ਦੇਈਏ, ਮੋਹਰ ਲਾ ਦੇਈਏ, ਬਈ ਇਹਦੇ ਉੱਤੇ ਤਾਂ ਗੌਰਮੈਂਟ ਦੀ ਮੋਹਰ ਲੱਗੀ ਹੈ, ਬਈ ਇਹ ਗੌਰਮੈਂਟ ਦੀ ਚੀਜ਼ ਹੈ, ਇਹ ਮਤਲਬ ਗਲਤ ਨਹੀਂ ਹੈ, ਇਹਦੇ ਉੱਤੇ ਆਹ ਮੋਹਰ ਲੱਗੀ ਹੋਈ ਹੈ, ਆ ਰਾਜੇ ਦੀ ਮੋਹਰ ਲੱਗੀ ਹੈ। ਸੋ ਪ੍ਰਭੂ ਪਰਮਾਤਮਾ ਸਭ ਰਾਜਿਆਂ ਦਾ ਰਾਜਾ ਹੈ। ਇਹ ਰਾਜੇ ਸਭ ਦਿਵਸ ਚਾਰ ਕੇ ਝੂਠੇ ਕਰ ਦਿਵਾਜਾ, ਕੋ ਹਰ ਸਮਾਨ ਨਹਿ ਰਾਜਾ। ਹਰੀ ਦੇ ਬਰਾਬਰ ਤਾਂ ਕੋਈ ਰਾਜਾ ਨਹੀਂ ਨਾ, ਉਹਦੀ ਕਿਰਪਾ ਦ੍ਰਿਸ਼ਟੀ ਦਾ ਨਿਸ਼ਾਨ ਪਿਆ ਹੁੰਦਾ ਹੈ। ਨਿਸ਼ਾਨ ਦਾ ਮਤਲਬ ਮੋਹਰ ਲੱਗੀ ਹੁੰਦੀ ਹੈ, ਭਈ ਇਹ ਬਖਸ਼ਿਆ ਹੋਇਆ। ਉਹ ਕਿਹੜੀ ਮੋਹਰ? ਨਦਰੀ ਕਰਮ, ਕਰਮ ਨਾ ਬਖਸ਼ਿਸ਼ ਦਾ, ਭਈ ਉਹਦੀ ਕਿਰਪਾ ਦ੍ਰਿਸ਼ਟੀ ਦਾ ਨਿਸ਼ਾਨ ਪਿਆ ਹੁੰਦਾ ਹੈ। ਉਹ ਪੰਚ ਨੇ, ਉਹਨਾਂ ਨੂੰ ਸਤਿਕਾਰ ਮਿਲਦਾ ਹੈ ਉਹ ਸੱਚੇ ਦੇ ਦਰਬਾਰ ਵਿੱਚ। ਹੁਣ ਆਉਂਦੇ ਨੇ ਜੇ ਕੋ ਆਖੇ ਵੀ ਸਾਰੇ ਪੰਚ ਨੇ, ਇਹ ਕਿਵੇਂ ਨਿਰਣਾ ਹੋਵੇ? ਗੁਰੂ ਸਾਹਿਬ ਆਉਂਦੇ ਨੇ ਕੱਚ ਪਕਾਈ ਉੱਥੇ ਪਾਏ, ਵੀ ਕੱਚੇ ਅਤੇ ਪੱਕਿਆਂ ਦਾ, ਕਚਿਆਈ ਪਕਿਆਈ ਦਾ ਉੱਥੇ ਗਿਆ ਪਤਾ ਲੱਗ ਜਾਏਗਾ, ਕਿਉਂ ਉੱਥੇ ਸੱਚੋ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜੋ ਜਮਾਲਿਆ, ਥਾਂ ਨਾ ਪਾਇਨ ਕੂੜਿਆਰ ਮੋਹ ਕਾਲੇ ਦੋਜਕ ਚਾਲਿਆ, ਤੇਰੇ ਨਾਂ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇ ਧਰਮ ਬਹਾਲਿਆ। ਧਰਮਰਾਜ ਨੂੰ ਬਾਇਆ ਨਾਵੇਂ ਲਿਖਣ ਵਾਸਤੇ, ਅਤੇ ਉੱਥੇ ਕੱਚੇ ਪੱਕੇ ਆਪੇ ਉੱਗੜ ਜਾਣੇ ਨੇ, ਵੀ ਕੱਚਿਆਂ ਨੂੰ ਕੋਈ ਜਗ੍ਹਾ ਨਹੀਂ, ਖੋਟਿਆਂ ਨੂੰ ਕੋਈ ਜਗ੍ਹਾ ਨਹੀਂ ਹੈ। ਖਰੇ ਪਰ ਖਜ਼ਾਨੇ ਪਾਈਏ, ਖੋਟੇ ਸੁੱਟੀਏ ਬਾਹਰ ਵਾਰ। ਹੋਰ ਜਗ੍ਹਾ ਗੁਰਬਾਣੀ 'ਚ ਤੋਕ ਆਈ ਹੈ ਵੀ ਉੱਥੇ ਖੋਟਿਆਂ ਨੂੰ ਤਾਂ ਪਰਾਂ ਸੁੱਟਿਆ ਜਾਂਦਾ ਨਰਕ, ਅਤੇ ਖਰਿਆਂ ਨੂੰ ਖਜ਼ਾਨੇ, ਜਿਵੇਂ ਖਰਾ ਸਿੱਕਾ ਖਜ਼ਾਨੇ ਪਾਇਆ ਜਾਂਦਾ, ਖਰੇ ਜਿਹੜੇ ਸਨ ਉਹਨਾਂ ਨੂੰ ਤਾਂ ਸੱਚਖੰਡ ਜਗ੍ਹਾ ਮਿਲਦੀ ਹੈ ਸਵਰਗ ਵਿੱਚ, ਪ੍ਰਭੂ ਦੇ ਦਰ 'ਤੇ ਉੱਚੀ ਜਗ੍ਹਾ ਮਿਲਦੀ ਹੈ, ਸੁਖਦਾਈ ਜਗ੍ਹਾ ਮਿਲਦੀ ਹੈ, ਮੌਜ ਬਹਾਰਾਂ ਵਾਲੀ ਜਗ੍ਹਾ ਮਿਲਦੀ ਹੈ। ਅਤੇ ਜਿਹੜੇ ਕੱਚੇ ਹੁੰਦੇ ਨੇ, ਖੋਟੇ ਹੁੰਦੇ ਨੇ, ਉਹਨਾਂ ਨੂੰ ਬਾਹਰ ਸੁੱਟਿਆ ਜਾਂਦਾ। ਪਰ ਨਾਲ ਇਹ ਗੱਲ ਦੱਸ ਰਹੇ, ਇਹ ਪਤਾ ਉੱਥੇ ਗਿਆ ਹੀ ਲੱਗੇਗਾ, ਕੱਚ ਪਕਾਈ ਉੱਥੇ ਪਾਏ, ਕਚਿਆਈ ਪਕਾਈ ਦਾ ਉੱਥੇ ਗਿਆ ਪਤਾ ਲੱਗੇਗਾ। ਉਸ ਤਰ੍ਹਾਂ ਤਾਂ ਸਾਰੇ ਹੀ ਆਉਂਦੇ ਨੇ, ਮੈਂ ਵੀ ਸੰਤ ਹਾਂ, ਮੈਂ ਵੀ ਪੰਚ ਹਾਂ, ਮੈਂ ਵੀ ਸ੍ਰੇਸ਼ਟ ਹਾਂ, ਮੈਂ ਵੀ ਧਰਮੀ ਹਾਂ, ਮੈਂ ਵੀ ਚੰਗਾ ਹਾਂ। ਪਰ ਚੰਗਾ ਆਪਣੇ ਆਖਿਆ ਥੋੜ੍ਹਾ, ਮਾਰਿਆ ਸੀ ਜਿੱਥੇ ਧਰਮਰਾਜ ਬਾਇਆ ਲਿਖਣ ਵਾਸਤੇ ਨਾਵੇਂ, ਅਤੇ ਸੱਚੇ ਦਾ ਸੱਚਾ ਦਰਬਾਰ ਲੱਗਾ ਹੈ, ਉੱਥੇ ਤਾਂ ਸੰਤਾਂ ਨੂੰ ਸੋਭਾ ਮਿਲਦੀ ਹੈ, ਕੱਚਿਆਂ ਨੂੰ ਕੋਈ ਸੋਭਾ ਨਹੀਂ ਹੈ। ਅਤੇ ਉਹ ਸੰਤ ਕੌਣ ਨੇ, ਪੰਚ ਕੌਣ ਨੇ, ਜਿਨ੍ਹਾਂ ਉੱਤੇ ਕਿਰਪਾ ਦ੍ਰਿਸ਼ਟੀ ਦੀ ਮੋਹਰ ਲੱਗੀ ਹੈ, ਛਾਪ ਲੱਗੀ ਹੋਈ ਹੈ। ਨਦਰੀ ਕਰਮ ਪਵੇ ਨਿਸ਼ਾਨ, ਨਿਸ਼ਾਨ ਦਾ ਮਤਲਬ ਹੁੰਦਾ ਮੋਹਰ। ਕੱਚ ਪਕਾਈ ਉੱਥੇ ਪਾਏ, ਨਾਨਕ ਗਾਇਆ ਜਾਪੇ ਜਾਏ। ਆਨੇ ਕਚਿਆਈ ਪਕਿਆਈ ਦਾ ਉੱਥੇ ਪਤਾ ਲੱਗ ਜਾਏਗਾ, ਨਾਨਕ ਗਾਇਆ ਜਾਪੇ ਜਾਏ। ਜਦੋਂ ਉੱਥੇ ਗਿਆ ਜੀਵ, ਤਾਂ ਫਿਰ ਜਾਪ ਪਏਗਾ, ਦਿਸ ਪਏਗਾ, ਕਿਉਂ ਪ੍ਰਭੂ ਪਰਮਾਤਮਾ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਐਡੀ ਪੈਣੀ ਹੈ, ਪਾਰਦਰਸ਼ੀ ਹੈ, ਉਹਦੇ ਸਾਹਮਣੇ ਸਾਰਾ ਕੂੜ ਉੱਗੜ ਜਾਂਦਾ ਹੈ, ਮਲਮਾ ਇੱਕ ਪਾਸੇ, ਸੋਨਾ ਇੱਕ ਪਾਸੇ ਹੋ ਜਾਂਦਾ ਹੈ, ਉੱਥੇ ਸਾਰੇ ਪਰਖੇ ਜਾਂਦੇ ਨੇ। ਆ ਇੱਕ ਤੋਂ ਦੂਜੇ ਦੇਸ਼ ਵਿੱਚ ਜਾਓ, ਉਹਨਾਂ ਕੋਲ ਇੰਨੀਆਂ ਮਸ਼ੀਨਾਂ ਨੇ, ਝੱਟ ਉਹ ਵੇਖ ਲੈਂਦੇ ਨੇ।
ਉਹ ਕਿਰਨਾਂ ਆਰ ਪਾਰ ਨਿਕਲ ਜਾਂਦੀਆਂ ਨੇ ਸਮਾਨ 'ਚੋਂ, ਸਾਰੀ ਫੋਟੋ ਆ ਜਾਂਦੀ ਹੈ। ਜਿਹੜੇ ਚੀਜ਼ ਟੰਕਾਂ 'ਚ, ਟੇਚੀਆਂ 'ਚ ਨੇ, ਬੈਗਾਂ 'ਚ, ਉਹ ਵੀ ਉਹ ਵੇਖ ਲੈਂਦੇ ਨੇ। ਇਵੇਂ ਦੇ ਕੈਮਰੇ ਨੇ, ਪਾਰਦਰਸ਼ੀ ਨੇ ਉਹਨਾਂ ਦੀਆਂ ਕਿਰਨਾਂ। ਸੋ ਇੱਚੀ ਵਿੱਚੀ ਦੇ ਵਿੱਚੋਂ ਫੋਟੋ ਆ ਜਾਂਦੀ ਹੈ। ਅਤੇ ਜਿਵੇਂ ਆ ਬਿਜਲੀ ਵਾਲੇ ਯੂਨਿਟ ਗਿਣ ਲੈਂਦੇ ਨੇ, ਝੱਟ ਹਿਸਾਬ ਲਾ ਲੈਂਦੇ ਨੇ। ਇਹ ਥੋੜ੍ਹਾ ਵੀ ਦੋ ਮਹੀਨਿਆਂ ਦਾ ਬਿੱਲ ਹੈ ਅਤੇ ਦੋ ਹੀ ਮਹੀਨੇ ਉਹਨਾਂ ਨੂੰ ਗਿਣਨੇ 'ਚ ਲੱਗਦੇ ਨੇ, ਨਾ ਉਹ ਦੋ ਮਹੀਨਿਆਂ ਦਾ ਬਿੱਲ ਹੈ ਨਾ ਜਿਹੜਾ, ਦੋ ਮਿੰਟਾਂ 'ਚ ਗਿਣ ਕੇ ਉਹ ਯੂਨਿਟ ਗਿਣ ਕੇ ਅਤੇ ਝੱਟ ਦੱਸ ਦੇਣਗੇ। ਇਸ ਤਰ੍ਹਾਂ ਜੀਵ ਦੇ ਸਾਰੀ ਉਮਰ ਦੇ ਕੀਤੇ ਕਰਮ ਪ੍ਰਭੂ ਜਿਹੜਾ ਇੱਕ ਛੇਣੇ 'ਚ ਉਹਦੇ ਕੈਮਰੇ 'ਚ ਫੋਟੋ ਸਾਰੀ ਆ ਜਾਂਦੀ ਹੈ। ਸਭ ਘੱਟ ਸੁਣਦਾ ਵੇਖਦਾ ਕਿਉਂ ਮੁੱਕਰ ਪਿਆ ਜਾਏ, ਮਾਰੀਆਂ ਨੇ ਸਾਰਿਆਂ ਦੇ ਵਿੱਚ ਬੈਠਾ ਉਹ ਵਹਿੰਦਾ ਵੀ ਹੈ, ਸੁਣਦਾ ਵੀ ਹੈ, ਉਹਦੇ ਅੱਗੇ ਫਿਰ ਮੁੱਕਰਿਆ ਨਹੀਂ ਜਾਂਦਾ, ਨਾ ਫਿਰ ਉਹ ਮੁੱਕਰਨ ਦਿੰਦਾ। ਇਹ ਮਤਲਬ ਆਪੇ ਹੀ ਇਕਬਾਲੀ ਹੋ ਜਾਂਦਾ ਜੀਵ, ਪ੍ਰਭੂ ਪਰਮਾਤਮਾ ਨੂੰ ਇਕਬਾਲ ਕਰਾ ਲੈਂਦਾ ਹੈ ਆਪਣੇ। ਅਤੇ ਜਿਹੜੇ ਬਖਸ਼ੇ ਹੋਏ ਨੇ ਉਹਨਾਂ ਨੂੰ ਤਾਂ ਉੱਚੇ ਦਰ 'ਤੇ ਸੋਭਾ ਮਿਲਦੀ ਹੈ। ਪਰ ਇਸ ਗੱਲ ਦਾ ਨਿਰਣਾ ਤਾਂ ਗੁਰੂ ਸਾਹਿਬ ਆਖਿਆ, ਨਾਨਕ ਗਿਆ ਜਾਪੇ ਜਾਏ, ਉੱਥੇ ਗਿਆ ਜਾਪ ਪਏਗਾ। ਕਹਿੰਦੇ ਨੇ ਇੱਥੇ ਉਹ ਚੀਜ਼ ਜਾਪਦੀ ਹੈ, ਮੈਨੂੰ ਮਤਲਬ ਮਲੂਮ ਹੁੰਦੀ ਹੈ, ਪ੍ਰਤੀਤ ਹੁੰਦੀ ਹੈ। ਇਸ ਤਰ੍ਹਾਂ ਪਰਮਾਤਮਾ ਨੂੰ ਸਭ ਮਲੂਮ ਹੋ ਜਾਏਗਾ ਉੱਥੇ ਗਿਆ, ਜਦੋਂ ਉੱਥੇ ਜਾਏਗਾ ਜੀਵ, ਜਿਹੜਾ ਵੀ ਬੰਦਾ ਜਾਏਗਾ ਮਨੁੱਖ, ਪ੍ਰਭੂ ਪਰਮਾਤਮਾ ਝੱਟ ਵੇਖ ਲਏਗਾ ਕੱਚਾ ਆ, ਪੱਕਾ ਆ, ਧਰਮੀ ਆ, ਧਰਮੀ ਆ, ਪੁੰਨੀ ਆ, ਪਾਪੀ ਏ, ਅਤੇ ਖਰਿਆਂ ਨੂੰ ਉੱਚੀ ਜਗ੍ਹਾ 'ਤੇ, ਖੋਟਿਆਂ ਨੂੰ ਪਰਾਂ ਸੁੱਟ ਦਿੰਦੇ ਨੇ। ਇਹ ਹੈ ਧਰਮ ਖੰਡ। ਇਹ ਧਰਤੀ ਦੇ ਜੀਆਂ ਦਾ ਹਿਸਾਬ ਕਿਤਾਬ ਦੱਸਿਆ ਗੁਰੂ ਸਾਹਿਬ ਨੇ ਸੰਖੇਪ ਵਿੱਚ। ਵੈਸੇ ਤਾਂ ਉਹਨਾਂ ਅਨੇਕ ਜੀਵ ਨੇ ਅਤੇ ਅਨੇਕਾਂ ਹੀ ਨਾਂ ਨੇ, ਉਹ ਗਿਣੇ ਨਹੀਂ ਜਾਂਦੇ ਇਸ ਧਰਤੀ ਰੂਪੀ ਧਰਮਸਾਲ ਵਿੱਚ। ਅਤੇ ਇੱਥੇ ਜਿਹੜੇ ਧਰਮੀ ਲੋਕ ਨੇ ਉਹ ਸੱਚੇ ਦਰਬਾਰ ਵਿੱਚ ਸਤਿਕਾਰੇ ਜਾਂਦੇ ਨੇ, ਜਿਹੜੇ ਪੰਚ ਨੇ, ਸੰਤ ਨੇ, ਧਰਮੀ ਨੇ। ਅਤੇ ਜਿਹੜੇ ਖੋਟੇ ਨੇ, ਕੱਚੇ ਨੇ, ਉਹ ਇਸ ਧਰਮਸਾਲ ਦੇ ਵਿੱਚ ਧਰਮ ਨਹੀਂ ਕਮਾਉਂਦੇ, ਉਲਟਾ ਦੇ ਕਾਇਦੇ ਕਾਨੂੰਨ ਤੋਂ ਉਲਟ ਚੱਲਦੇ ਨੇ, ਉਹ ਆਧਰਮੀ ਨੇ, ਪਾਪੀ ਨੇ। ਅਤੇ ਪਾਪੀਆਂ ਬਾਬਤ ਤਾਂ ਬਾਣੀ 'ਚ ਬੜੀਆਂ ਗੱਲਾਂ ਲਿਖੀਆਂ ਨੇ, ਬੜੀਆਂ ਤੁਕਾਂ ਲਿਖੀਆਂ ਨੇ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਾਦਾਣੀਆਂ ਤਿਉਂ ਮੱਥੇ ਧਰਮ ਰਾਏ, ਪਾਪ ਕਮਾਵਦਿਆਂ ਤੇਰਾ ਕੋਏ ਨਾ ਬੇਲੀ ਰਾਮ। ਬੜੀ ਵਾਰ ਮਹਾਰਾਜ ਜੀ ਆਖਿਆ ਭਈ ਜਿਹੜਾ ਪਾਪ ਕਰਮ ਹੈ ਇਹਦਾ ਫਲ ਬਈ ਦੁੱਖ ਹੈ, ਅਤੇ ਪਾਪੀ ਕੋ ਡੰਡ ਦੀ ਹੋਏ, ਧਰਮੀਆਂ ਕਾ ਜੈਕਾਰ ਕੀ ਹੋਏ। ਇਹ ਵੀ ਗੁਰਬਾਣੀ ਤੁਕਾਂ ਆਈਆਂ ਨੇ ਵੀ ਪਾਪੀਆਂ ਨੂੰ ਡੰਡ ਮਿਲਦਾ ਹੈ, ਉੱਥੇ ਤਰ੍ਹਾਂ ਤਰ੍ਹਾਂ ਦਾ ਡੰਡ ਮਿਲਦਾ ਹੈ, ਨਰਕ ਦਾ ਦੁੱਖ ਮਿਲਦਾ ਹੈ, ਮਾਧੋ ਦਾਰਨ ਦੁੱਖ ਸਹਿਆ ਨਹੀਂ ਜਾਏ, ਧਰਮੀਆਂ ਕਾ ਜੈਕਾਰ ਕੀ ਹੋਏ। ਅਤੇ ਧਰਮੀਆਂ ਦੀ ਜੈ ਜੈਕਾਰ ਹੁੰਦੀ ਹੈ ਉੱਥੇ, ਧਰਮੀ ਜਿਹੜੇ ਨੇ ਉਹਨਾਂ ਦੀ ਉੱਥੇ ਜੈ ਜੈਕਾਰ ਹੁੰਦੀ ਹੈ, ਉਹਨਾਂ ਦਾ ਸਤਿਕਾਰ ਹੁੰਦਾ ਹੈ, ਪ੍ਰਭੂ ਉਹਨਾਂ ਨੂੰ ਆਪਣੇ ਕੋਲ ਬੰਨਦਾ ਹੈ, ਆਪਣੇ ਬਰਾਬਰ ਬੰਨਦਾ ਹੈ। ਸੁਖ ਮਹਿਲ ਜਾ ਕੇ ਊਚ ਦੁਆਰੇ ਤਾਵੇਂ ਵਾਸੇ ਭਗਤ ਪਿਆਰੇ, ਇਹ ਤਾਂ ਭਗਤਾਂ ਦੀ, ਧਰਮੀਆਂ ਦੀ ਉੱਚੀ ਗਤੀ ਦੱਸੀ ਹੈ। ਇਹ ਧਰਮ ਖੰਡ ਆ ਧਰਤੀ ਜਿਹੜੀ ਹੈ, ਇੱਕ ਤਾਂ ਧਰਮਸਾਲ ਤਾਂ ਵੀ ਇੱਕ ਰਾਤ ਕੱਟੋ, ਇੱਕ ਰਾਤ ਤੋਂ ਭਾਵ ਉਮਰ ਹੈ 100 ਸਾਲ ਦੀ, ਔਸਤਨ ਉਮਰ 60-70 ਰਹਿ ਗਈ, ਉਹਦੇ 'ਚੋਂ ਹੀ ਵੇਖ ਲਓ ਅੱਧੀਆਂ ਰਾਤਾਂ ਨੇ ਸੌਂ ਕੇ ਲੰਘਾ ਛੱਡੀ ਦੀਆਂ ਨੇ, ਕੋਈ ਬਚਪਨ ਹੈ ਅਤੇ ਕੋਈ 50 ਤੋਂ ਪਿੱਛੋਂ ਹੀ ਬੁਢਾਪਾ ਆ ਜਾਂਦਾ। ਮਤਲਬ ਥੋੜ੍ਹਾ ਜਿਹਾ ਸਮਾਂ ਹੱਥ ਹੈ ਜੀਵ ਦੇ, ਕੋਈ ਬਹੁਤਾ ਨਹੀਂ ਹੈ। ਸੋ ਥੋੜ੍ਹੀ ਬਾਤ ਅਲਪ ਸੁਪਨੇ ਕੀ, ਤਾਂ ਮਾਰੀ ਆਖਿਆ ਥੋੜ੍ਹੀ ਜਿਹੀ ਗੱਲ ਭਰਾ ਅਲਪ, ਬਿਲਕੁਲ ਮਾਮੂਲੀ ਜਿਹੀ, ਥੋੜ੍ਹੀ ਬਾਤ ਅਲਪ ਸੁਪਨੇ ਕੀ,
ਚਿੱਤ ਬਹੁਰ ਬਹੁਰ ਅਟਕਾਵਸ ਰੇ। ਆਉਂਦਾ ਐਵੇਂ ਚਿੱਤ ਬਾਰ ਬਾਰ ਅਟਕਾਨਾ ਹੈ, ਥੋੜ੍ਹੀ ਜਿਹੀ ਗੱਲ ਹੈ ਥੋੜ੍ਹੇ ਜਿਹੇ ਸਮੇਂ ਦੀ, ਹੁਣ ਤਾਂ ਸਿਮਰਨ ਕਰ ਲੈ, ਨਾਮ ਜਪ ਲੈ, ਨੇਕ ਕਰਮ ਕਰ ਲੈ, ਉੱਥੇ ਜਾ ਕੇ ਸਭ ਪਤਾ ਲੱਗ ਜਾਣਾ ਹੈ। ਧਰਮ ਖੰਡ ਕਾ ਇਹੋ ਧਰਮ, ਇਹ ਧਰਮ ਖੰਡ ਦਾ ਧਰਮ ਦੱਸ ਦਿੱਤਾ, ਧਰਮ ਖੰਡ ਦਾ ਇਹ ਮਰਿਆਦਾ ਦੱਸ ਦਿੱਤੀ ਹੈ। ਆ ਸਾਰੀ ਇਸ ਪੌੜੀ ਦੇ ਵਿੱਚ ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਅਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਅਤੇ ਇਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਆਨੰਦ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਗੁਰੂ ਨਾਨਕ ਸਾਹਿਬ ਉੱਥੇ ਗਏ, ਗਿਆ ਪਤਾ ਲੱਗ ਜਾਏਗਾ ਵੀ ਇਹ ਧਰਮ ਕਮਾ ਕੇ ਆਇਆ ਜਾਂ ਕਿ ਆ ਧਰਮ, ਧਰਮ ਖੰਡ ਕਹੋ ਧਰਮ, ਆ ਧਰਤੀ ਧਰਮ ਖੰਡ ਹੈ, ਇੱਥੋਂ ਦਾ ਇਹ ਧਰਮ ਹੈ ਜਿਹੜਾ ਵੀ ਤੁਹਾਨੂੰ ਦੱਸ ਦਿੱਤਾ ਹੈ। ਇਹ ਗੁਰੂ ਮਹਾਰਾਜ ਜੀ ਚੰਗੀ ਤਰ੍ਹਾਂ ਸਮਝਾ ਕੇ ਦੱਸ ਦਿੱਤਾ। ਗਿਆਨ ਖੰਡ ਕਾਖੋ ਕਰਮ, ਹੁਣਾਂ ਦੇ ਨੇ ਗਿਆਨ ਖੰਡ ਕਾਖੋ ਕਰਮ, ਜਦੋਂ ਧਰਮ ਕਮਾਉਂਦਾ ਹੈ, ਮਨ ਨਿਰਮਲ ਹੁੰਦਾ ਹੈ, ਅਤੇ ਫਿਰ ਉਹਦੀ ਸੁਰਤੀ ਗਿਆਨ ਖੰਡ 'ਚ ਪਹੁੰਚ ਜਾਂਦੀ ਹੈ। ਅਤੇ ਗਿਆਨ ਖੰਡ ਦਾ ਉਹਦਾ ਕਰਮ ਦੱਸੋ, ਉਹਦਾ ਅਸੂਲ ਦੱਸੋ, ਉੱਥੋਂ ਦੀ ਰਹਿਣੀ ਰਹਿਤ ਦੱਸੋ। ਹੁਣ ਇਹ ਗਿਆਨ ਖੰਡ ਚੱਲਿਆ ਹੈ, ਹੁਣ ਉੱਥੋਂ ਦਾ ਗੁਰੂ ਸਾਹਿਬ ਦੱਸਣ ਲੱਗੇ ਨੇ ਕਿ ਤੇ ਪੌਣ ਪਾਣੀ ਬੈਸੰਤ। ਆਉਂਦੇ ਨੇ ਜਦੋਂ ਗਿਆਨ ਖੰਡ ਹੀ ਸੁਰਤੀ ਗਈ ਤਾਂ ਇਹਨੂੰ ਇਹ ਪ੍ਰਤੀਤ ਹੋਇਆ, ਪਤਾ ਨਹੀਂ ਕਿੰਨੀ ਤਰ੍ਹਾਂ ਦੀ ਪੌਣ ਹੈ, ਵੈਸੇ ਤਾਂ ਪੌਣ 49 ਪ੍ਰਕਾਰ ਦਾ ਦੱਸਿਆ ਹੈ ਅਤੇ ਕਈ ਤਰ੍ਹਾਂ ਦਾ ਪਾਣੀ ਦੱਸਿਆ ਹੈ, ਕਿਤੇ ਪਾਣੀ ਮਿੱਠਾ ਹੈ, ਕਿਤੇ ਪਾਣੀ ਕੌੜਾ ਹੈ, ਕਿਤੇ ਪਾਣੀ ਕਸੈਲਾ ਹੈ, ਕਿਤੇ ਪਾਣੀ ਚੰਗਾ ਹੈ, ਕਿਤੇ ਪਾਣੀ ਬੜਾ ਤਾਕਤਵਰ ਹੈ, ਕਿਤੇ ਪਾਣੀ ਬੜਾ ਕਮਜ਼ੋਰ ਹੈ। ਸੋ ਪਾਣੀ ਅਨੰਤ ਤਰ੍ਹਾਂ ਦਾ ਹੈ, ਕਈ ਤਰ੍ਹਾਂ ਦੀ ਪੌਣ ਹੈ। ਜਦੋਂ ਗਿਆਨ ਖੰਡ ਦੀ ਸੁਰਤ ਗਈ ਤਾਂ ਇਹ ਮਲੂਮ ਹੋਇਆ, ਪ੍ਰਤੀਤ ਹੋਇਆ, ਅਨੁਭਵ ਹੋਇਆ, ਕਈ ਤਰ੍ਹਾਂ ਦੀ ਪੌਣ ਹੈ, ਕਈ ਤਰ੍ਹਾਂ ਦਾ ਪਾਣੀ ਹੈ, ਕਈ ਤਰ੍ਹਾਂ ਦਾ ਬਸੰਤਰ ਹੈ, ਮਤਲਬ ਅਗਨੀ ਵੀ ਕਈ ਤਰ੍ਹਾਂ ਦੀ ਹੈ। ਕੋਈ ਲੱਕੜੀਆਂ 'ਚ ਅੱਗ ਰਹਿ ਰਹੀ ਹੈ, ਕੋਈ ਸਮੁੰਦਰ 'ਚ ਅੱਗ ਰਹਿ ਰਹੀ ਹੈ, ਕੋਈ ਜੰਗਲ ਦੀ ਅਗਨੀ ਨੂੰ ਦਾਵਾ ਨਾਲ ਅਗਨੀ ਆਖਿਆ ਹੈ, ਸਮੁੰਦਰ ਦੀ ਨੂੰ ਬੜਵਾ ਨਾਲ ਅਗਨੀ ਆਖਿਆ ਹੈ, ਜਿਹੜੀ ਪੇਟ 'ਚ ਅੱਗ ਸਭ ਦੇ ਪੇਟਾਂ 'ਚ ਰਹਿੰਦੀ ਹੈ ਅੰਦਰ, ਉਹਨੂੰ ਜਠਰਾ ਅਗਨੀ ਆਖਿਆ ਹੈ, ਜਿਹੜੀ ਲੱਕੜੀਆਂ 'ਚ ਰਹਿੰਦੀ ਹੈ, ਸਗਲ ਬਨਸਪਤਮੈ ਬਸੰਤਰ, ਉਹਨੂੰ ਬਸੰਤਰ ਆਖਿਆ ਹੈ। ਸੋ ਅੱਗ ਵੀ ਕਈ ਤਰ੍ਹਾਂ ਦੀ ਹੈ, ਦੋ ਚਾਰ ਤਰ੍ਹਾਂ ਦੀ ਨਹੀਂ ਹੈ, ਹਵਾ ਵੀ ਕਈ ਤਰ੍ਹਾਂ ਦੀ ਹੈ, ਅੱਗ ਵੀ ਕਈ ਤਰ੍ਹਾਂ ਦੀ ਹੈ, ਬਸੰਤਰ ਅਗਨੀ ਦੇਵਤਾ ਵੀ ਕਈ ਤਰ੍ਹਾਂ, ਪੌਣ ਕਈ ਤਰ੍ਹਾਂ ਦੀ, ਪਾਣੀ ਕਈ ਤਰ੍ਹਾਂ ਦਾ, ਕੇਤੇ ਕਾਣ ਮਹੇਸ਼, ਪਤਾ ਨਹੀਂ ਕਿੰਨੇ ਕੁ ਕਾਣ ਨੇ ਭਗਵਾਨ ਕ੍ਰਿਸ਼ਨ, ਕਿੰਨੇ ਕੁ ਮਹੇਸ਼ ਸ਼ਿਵ ਜੀ ਨੇ। ਬਾਣੀ ਤਾਂ ਦੱਸਿਆ ਹੈ ਕਿਸਨ ਸਦਾ ਅਵਤਾਰੀ ਰੂਧਾ, ਭਗਵਾਨ ਕ੍ਰਿਸ਼ਨ ਅਵਤਾਰ ਲੈਣ 'ਚ ਰੁੱਝਿਆ ਰਹਿੰਦਾ, ਬੜੀ ਵਾਰ ਅਵਤਾਰ ਲੈਂਦਾ। ਗੀਤਾ ਕਰਕੇ ਵੀ ਇਹ ਗੱਲ ਸਿੱਧ ਹੈ, ਭਗਵਾਨ ਨੇ ਅਰਜਨ ਨੂੰ ਆਖਿਆ, ਅਰਜਨ ਤੂੰ ਤਾਂ ਮੈਂ ਪਹਿਲਾਂ ਵੀ ਅੱਗੇ ਆਇਆ ਬੜੀ ਵਾਰ, ਅਗਾਂ ਵੀ ਬੜੀ ਵਾਰ ਆਉਣਾ, ਮੈਂ ਜਾਣਨਾ ਤੂੰ ਨਹੀਂ ਜਾਣਦਾ, ਕਿਉਂ ਉਹਨੂੰ ਮਾਇਆ ਦੀ ਉਪਾਧੀ, ਉਹਨੂੰ ਵਿੱਦਿਆ ਦੀ ਉਪਾਧੀ ਹੈ। ਈਸ਼ਵਰ ਜਿਹੜਾ ਹੈ ਨਾ, ਉਹਨੂੰ ਸ਼ੁੱਧ ਮਾਇਆ ਦੀ ਉਪਾਧੀ ਉਹ ਸਰਵੱਗ ਹੈ, ਅਤੇ ਜੀਵ ਨੂੰ ਅਵਿੱਦਿਆ ਦੀ ਉਪਾਧੀ ਹੈ। ਇਸ ਕਰਕੇ ਆਪਣੇ ਆਪ ਨੂੰ ਪ੍ਰਚਿੰਨ ਸਮਝਦਾ, ਜੁਦਾ ਸਮਝਦਾ, ਛੋਟਾ ਸਮਝਦਾ, ਪਰ ਈਸ਼ਵਰ ਜਿਹੜਾ ਹੈ ਉਹ ਸਭ ਜਾਣਦਾ ਹੈ। ਤਾਂ ਭਗਵਾਨਾਂ ਦਾ ਅਰਜਨ ਨੂੰ, ਤੇਰੇ ਮੇਰੇ ਬੜੇ ਜਨਮ ਹੋ ਚੁੱਕੇ ਨੇ ਅਰਜਨ, ਤੂੰ ਨਹੀਂ ਜਾਣਦਾ ਮੈਂ ਜਾਣਦਾ। ਅਤੇ ਗੁਰੂ ਨਾਨਕ ਸਾਹਿਬ ਆਉਂਦੇ ਨੇ ਭਈ ਪੌਣ ਵੀ ਕਈ ਤਰ੍ਹਾਂ ਦੀ ਹੈ, ਬੜੀਆਂ ਹੀ ਪੌਣਾਂ ਨੇ, ਪਾਣੀ ਵੀ ਬੜੇ ਨੇ, ਅਗਨੀ ਦੇਵਤੇ ਬੜੇ ਨੇ, ਕਾਣ ਬੜੇ ਨੇ ਭਗਵਾਨ। ਬਾਣੀ ਤਾਂ ਦੱਸਿਆ ਏਕ ਸ਼ਿਵ ਭਏ ਗਏ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ।
ਪਤਾ ਨਹੀਂ ਕਿੰਨੇ ਕੁ ਭਗਵਾਨ ਕ੍ਰਿਸ਼ਨ ਕਿੰਨੀ ਕੁ ਵਾਰ ਆਏ ਨੇ, ਕਿੰਨੇ ਕੁ ਸ਼ਿਵਜੀ ਨੇ, ਕੇਤੇ ਬ੍ਰਹਮੇ ਘਾੜਤ ਘੜੀ, ਬ੍ਰਹਮਾ ਕਿੰਨੇ ਕੁ ਨੇ ਜਿਹੜੇ ਘਾੜਤ ਘੜਦੇ ਨੇ ਸੰਸਾਰ, ਰੂਪ ਰੰਗ ਕੇ ਵੇਸ, ਕਈਆਂ ਰੂਪਾਂ ਕਈਆਂ ਰੰਗਾਂ ਦੇ ਇਹ ਜੀਵ ਘੜਦਾ ਬ੍ਰਹਮਾ ਜਿਹੜਾ ਹੈ। ਕੇਤੀਆ ਕਰਮ ਭੂਮੀ ਮੇਰ ਕੇਤੇ, ਕਈ ਕਰਮ ਭੂਮੀਆਂ ਨੇ, ਕਰਮ ਭੂਮੀ ਜਿੱਥੇ ਕਰਮ ਕਰੀਦੇ ਨੇ, ਜਿਵੇਂ ਭਾਰਤ ਖੰਡ ਹੈ, ਜਿਵੇਂ ਇੱਕ ਸਾਡਾ ਘਰ ਹੈ, ਇੱਕ ਧਰਤੀ ਹੈ, ਇੱਕ ਦੁਕਾਨ ਹੈ, ਅਸੀਂ ਘਰ ਬਹਿ ਕੇ ਧਰਤੀ 'ਚ ਜਾ ਕੇ ਕਰਮ ਕਰੀਦਾ, ਹਲ ਵਾਹੀਦੇ ਨੇ, ਖੇਤੀ ਬੀਜੀ ਦੀ, ਉੱਥੋਂ ਦੇ ਦਾਣੇ ਘਰ ਬਹਿ ਕੇ ਖਾਈਦੇ ਨੇ। ਘਰ ਸਾਡਾ ਭੋਗ ਭੂਮੀ ਹੈ, ਧਰਤੀ ਸਾਡੀ ਕਰਮ ਭੂਮੀ ਹੈ। ਜਿਵੇਂ ਦੁਕਾਨ 'ਤੇ ਬਹਿ ਕੇ ਕਮਾਈ ਕਰਦਾ ਦੁਕਾਨਦਾਰ, ਘਰ ਬਹਿ ਕੇ ਫਿਰ ਰੋਟੀ ਖਾਂਦਾ ਹੈ, ਉੱਥੋਂ ਦੀ ਕਮਾਈ। ਸੋ ਭਾਰਤ ਖੰਡ ਜਿਹੜਾ ਹੈ ਇਹ ਕਰਮ ਭੂਮੀ ਹੈ, ਕੰਮ ਕਰਨ ਵਾਲੇ। ਇੱਥੋਂ ਦਾ ਜਿਹੜਾ ਕਰਮ ਕੀਤਾ ਹੈ, ਉੱਚੇ ਲੋਕਾਂ 'ਚ ਬਹਿ ਕੇ ਉਹਨੂੰ ਫਿਰ ਖਾਂਦਾ ਹੈ ਸਵਰਗ ਲੋਕ, ਫਿਰ ਮੁੱਕ ਜਾਂਦਾ, ਫਿਰ ਆ ਜਾਂਦਾ। ਇਹ ਕਰਮ ਨੇ। ਕੇਤੀਆ ਕਰਮ ਭੂਮੀ, ਕਰਮ ਕਰਨ ਵਾਲੀਆਂ ਭੂਮੀਆਂ ਧਰਤੀਆਂ ਵੀ ਬੜੀਆਂ ਨੇ। ਮੇਰ ਕੇਤੇ, ਮੇਰ ਨਾ ਸੁਮੇਰ ਪਰਬਤ ਦਾ, ਸੁਮੇਰ ਸੋਨੇ ਦਾ ਪਰਬਤ ਹਨ, ਮਤਲਬ ਸੁਮੇਰ ਪਰਬਤ ਵੀ ਬੜੇ ਹੀ ਨੇ ਜਿਨ੍ਹਾਂ ਦਾ ਕੁਅੰਤ ਨਹੀਂ ਹੈ। ਕੇਤੇ ਤੂੰ ਉਪਦੇਸ਼, ਧਰੂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਮੁਨੀ, ਇਹ ਵੀ ਪਤਾ ਨਹੀਂ ਕਿੰਨੇ ਕੁ ਨੇ, ਅੰਤੀ ਨਹੀਂ। ਕੇਤੇ ਇੰਦ ਚੰਦ ਸੂਰ ਕੇਤੇ, ਪਤਾ ਨਹੀਂ ਇੰਦਰ ਕਿੰਨੇ ਕੁ ਨੇ, ਪਤਾ ਨਹੀਂ ਚੰਦਰਮਾ ਕਿੰਨੇ ਨੇ, ਪਤਾ ਨਹੀਂ ਸੂਰ ਨਾ ਸੂਰਮੇ ਬਹਾਦਰ, ਪਤਾ ਨਹੀਂ ਇਹ ਕਿੰਨੇ ਕੁ ਨੇ। ਕੇਤੇ ਮੰਡਲ ਦੇਸ਼, ਪਤਾ ਨਹੀਂ ਕਿੰਨੇ ਕੁ ਦੇਸ਼ ਨੇ, ਕਿੰਨੇ ਕੁ ਮੰਡਲ ਨੇ। ਇਹ ਖੰਡ ਮੰਡਲ ਬ੍ਰਹਮੰਡ ਦੱਸਿਆ, 40 ਮੀਲ ਲੰਮਾ ਅਤੇ ਥੋੜ੍ਹਾ ਜਿਹਾ ਇਦੂ ਘੱਟ ਚੌੜਾ, ਇਹਨੂੰ ਮੰਡਲ ਆਉਂਦੇ ਨੇ। ਉਦੋਂ ਛੋਟਾ ਖੰਡ, ਉਦੋਂ ਵੱਡਾ ਜਿਹੜਾ ਬ੍ਰਹਮੰਡ, ਧਰਤੀ ਦੇ ਹਾਥੇ ਸਮਝ ਲਓ, ਵੱਡੇ ਤੋਂ ਵੱਡੇ, ਛੋਟੇ ਤੋਂ ਛੋਟੇ, ਇਹਨਾਂ ਦਾ ਕੋਈ ਅੰਤ ਨਹੀਂ। ਕਿੰਨੇ ਕੁ ਨੇ, ਜਿਵੇਂ ਸਮੁੰਦਰ ਹੀ ਟਾਪੂ ਹੁੰਦੇ ਨੇ, ਨਿਕੋਬਾਰ ਹੈ ਆਪ, ਅਤੇ ਇਸ ਤਰ੍ਹਾਂ ਪਤਾ ਨਹੀਂ ਇਹ ਰਚਨਾ ਜਿਹੜੀ, ਜਦੋਂ ਗਿਆਨ ਖੰਡ ਹੀ ਸੁਰਤੀ ਜਾਂਦੀ ਹੈ ਧਰਮ ਖੰਡ ਤੋਂ ਅੱਗੇ, ਗਿਆਨ ਖੰਡ 'ਚ ਪ੍ਰਭੂ ਪਰਮਾਤਮਾ ਦੀ ਰਚੀ ਜਿਹੜੀ ਹੈ ਸ੍ਰਿਸ਼ਟੀ, ਹੇਠਲੀ ਉਤਲੀ ਪਤਾ ਨਹੀਂ ਕਿੰਨੀ ਕੁ ਹੈ, ਦ੍ਰਿਸ਼ ਅਦ੍ਰਿਸ਼ ਸ੍ਰਿਸ਼ਟੀ ਕਿੰਨੀ ਕੁ ਹੈ, ਉਹਦਾ ਕੋਈ ਅੰਤ ਨਹੀਂ ਲੈ ਸਕਦਾ। ਕੇਤੇ ਸਿੱਧ ਬੁੱਧ ਨਾਥ ਕੇਤੇ, ਕਿੰਨੇ ਸਿੱਧ ਨੇ, 84 ਸਿੱਧ ਗਿਣਦੇ ਨੇ, ਪਰ ਗੁਰੂ ਨਾਨਕ ਸਾਹਿਬ ਇਸ ਪੌੜੀ 'ਚ ਆਉਂਦੇ ਨੇ, ਪਤਾ ਨਹੀਂ ਕਿੰਨੇ ਕੁ ਸਿੱਧ ਨੇ, ਸਿੱਧੀਆਂ ਨੂੰ ਪ੍ਰਾਪਤ ਹੋਏ, ਪਤਾ ਨਹੀਂ ਬੁੱਧ, ਅਸੀਂ ਮਹਾਤਮਾ ਬੁੱਧ ਏਕਾਂ ਨੇ ਮਹਾਰਾਜ, ਪਤਾ ਨਹੀਂ ਕਿੰਨੇ ਕੁ ਮਹਾਤਮਾ ਬੁੱਧ ਨੇ, ਬੁੱਧੀਮਾਨ ਗਿਆਨਵਾਨ ਨੂੰ ਵੀ ਬੁੱਧ ਆਉਂਦੇ ਨੇ। ਨਾਥ ਕੇਤੇ, ਅਸੀਂ 9 ਨਾਥ ਆਉਂਦੇ ਹਾਂ, ਪਰ ਮਹਾਰਾਜ ਜੀ ਆਉਂਦੇ ਨੇ ਪਤਾ ਨਹੀਂ ਕਿੰਨੇ ਕੋਈ ਨਾਥ ਹੋ ਗਏ ਨੇ, ਆ 2-4 ਨਾਥ ਨਹੀਂ ਅਸੀਂ, ਆ ਗੋਰਖਨਾਥ, ਹਿਮਚੰਦਰ ਨਾਥ, ਔਗੜ ਨਾਥ, 9 ਨਾਥ ਗਿਣਦੇ ਨੇ, ਪਰ ਮਹਾਰਾਜ ਜੀ ਆਉਂਦੇ ਨੇ ਨਾਥ ਦਾ ਪਤਾ ਹੀ ਨਹੀਂ ਕਿੰਨੇ ਕੁ ਨਾਥ ਨੇ ਧਰਤੀ ਦੇ ਉੱਤੇ, ਅਗਲੇ ਲੋਕਾਂ ਦੇ ਵਿੱਚ, ਸੂਖਸ਼ਮ ਸ੍ਰਿਸ਼ਟੀ ਵਿੱਚ, ਸਥੂਲ ਸ੍ਰਿਸ਼ਟੀ ਵਿੱਚ, ਪ੍ਰਭੂ ਦੀ ਰਚਨਾ ਦੇ ਵਿੱਚ, ਇਹ ਜਿੰਨੀ ਕੁ ਰਚੀ ਹੋਈ ਪਰਮਾਤਮਾ ਨੇ ਸ੍ਰਿਸ਼ਟੀ ਸੂਖਮ ਅਤੇ ਸਥੂਲ, ਜਿਉਂ ਜਿਉਂ ਸੁਰਤੀ ਜਿਹੜੀ ਹੈ ਤਰੱਕੀ ਕਰਦੀ ਹੈ, ਸੁਰਤੀ ਸੂਖਮ ਹੁੰਦੀ ਹੈ, ਅਗਾਂਹ ਵੱਧਦੀ ਹੈ, ਅਤੇ ਪ੍ਰਭੂ ਪਰਮਾਤਮਾ ਤਾਂ ਬੇਅੰਤ ਹੈ ਹੀ, ਉਹਦੀ ਰਚੀ ਹੋਈ ਜਿਹੜੀ ਦ੍ਰਿਸ਼ ਅਦ੍ਰਿਸ਼ ਹੈ ਸ੍ਰਿਸ਼ਟੀ, ਇਹ ਵੀ ਬੇਅੰਤ ਹੈ, ਇਹ ਵੀ ਗਿਣੀ ਨਹੀਂ ਜਾ ਸਕਦੀ। ਇਹ ਸੁਰਤੀ ਗਿਆਨ ਖੰਡ ਜਦੋਂ ਜਾਂਦੀ ਹੈ ਤਾਂ ਫਿਰ ਇਹ ਸੁਰਤੀ ਜਿਹੜੀ ਹੈ, ਇਹਦਾ ਮਾਣ ਟੁੱਟ ਜਾਂਦਾ, ਹੰਕਾਰ ਟੁੱਟ ਜਾਂਦਾ, ਭਈ ਮੈਂ ਪ੍ਰਭੂ ਪਰਮਾਤਮਾ ਦੀ ਸ੍ਰਿਸ਼ਟੀ ਦਾ ਕੀ ਅੰਤ ਲੈ ਸਕਦਾ ਹਾਂ, ਛੋਟਾ ਜਿਹਾ ਜੀਵ ਉਸ ਅਨੰਤ ਬੇਅੰਤ ਪ੍ਰਭੂ ਪਰਮਾਤਮਾ ਦੀ ਰਚੀ ਹੋਈ ਸ੍ਰਿਸ਼ਟੀ ਦਾ, ਕੁਦਰਤ ਦਾ, ਉਹਦੀ ਕਾਇਨਾਤ ਦਾ, ਰਚੀ ਹੋਈ ਦਾ ਮੈਂ ਕੀ ਅੰਤ ਲੈ ਸਕਦਾ, ਨਾ ਉਹਦਾ ਅੰਤ ਆਉਂਦਾ, ਨਾ ਉਹਦੀ ਰਚੀ ਹੋਈ ਦਾ ਅੰਤ ਆਉਂਦਾ। ਇਹ ਮਹਾਰਾਜ ਕਿਉਂ ਦੱਸ ਰਹੇ ਨੇ, ਮਹਾਰਾਜ ਦਾ ਮੰਤਵ ਕੀ ਹੈ, ਵੀ ਸਾਡੀ ਹੋਮੇ ਜਾਂਦੀ ਰਹੇ, ਸਾਡੀ ਹੋਮੇ ਜਾਂਦੀ ਰਹੇ, ਸਾਨੂੰ ਸਾਡਾ ਆਪਣਾ ਆਪ ਜਿਹੜਾ ਹੈ ਇਹ ਪ੍ਰਭੂ ਪਰਮਾਤਮਾ ਦੀ ਸੱਤਾ 'ਚ ਲੀਨ ਹੋ ਜਾਏ।
ਭਈ ਤੂੰ ਬਹੁਤ ਮਹਾਨ ਹੈ, ਮੈਂ ਤਾਂ ਕੁਝ ਵੀ ਨਹੀਂ, ਏਡੀ ਵੱਡੀ ਤੇਰੀ ਸ੍ਰਿਸ਼ਟੀ, ਮੈਂ ਇਹਦਾ ਕਿਵੇਂ ਅੰਤ ਲੈ ਸਕਦਾ। ਇਹ ਗਿਆਨ ਖੰਡ ਦੀ ਗੱਲ ਹੈ। ਨਾਥ ਪਤਾ ਨਹੀਂ ਕਿੰਨੇ ਕੁ ਨੇ, ਕਿਤੇ ਦੇਵੀ ਵੇਸ, ਪਤਾ ਨਹੀਂ ਦੇਵੀਆਂ ਕਿੰਨੀਆਂ ਕੁ ਨੇ। ਅਸੀਂ ਅਣਿਆ ਨੈਣਾ ਦੇਵੀ ਹੈ, ਆ ਜਵਾਲਾ ਜੀ ਹੈ, ਆ ਦੁਰਗਾ ਦੇਵੀ ਹੈ, ਆ ਚੰਡੀ ਦੇਵੀ ਹੈ, ਬੜੀਆਂ ਦੇਵੀਆਂ ਗਿਣਦੇ ਨੇ। ਸਰਸਤੀ ਦੇਵੀ ਹੈ, ਪਾਰਵਤੀ ਦੇਵੀ ਹੈ, ਚੰਡਕਾ ਦੇਵੀ ਹੈ, ਪਤਾ ਨਹੀਂ ਕਿੰਨੀਆਂ ਕੁ ਦੇਵੀਆਂ ਗਿਣਦੇ ਨੇ। ਹਾਂ, ਆ ਚਿੰਤਪੁਰਨੀ ਹੈ, ਆ ਵੈਸ਼ਨੋ ਦੇਵੀ ਹੈ, ਸੋ ਬੜੀਆਂ ਦੇਵੀਆਂ ਗਿਣਦੇ ਨੇ। ਜਿਨ੍ਹਾਂ ਨੂੰ ਸਾਨੂੰ ਪਤਾ, ਕੋਈ ਸੱਤ ਦੇਵੀਆਂ ਗਿਣਦਾ, ਕੋਈ ਜ਼ਿਆਦੀਆਂ ਗਿਣਦਾ ਹੈ। ਹੁਣ ਨਰਾਤੇ ਰੱਖਦੇ ਨੇ ਦੇਵੀਆਂ ਦੇ, ਲਕਸ਼ਮੀ ਦੇ, ਦੁਰਗਾ ਦੇ, ਨਰਾਤੇ ਰੱਖੋ, ਵਰਤ ਰੱਖੋ, ਧਿਆਓ, ਤੁਹਾਡੇ ਘਰ ਲਕਸ਼ਮੀ ਆਵੇਗੀ, ਮਾਇਆ ਆਵੇਗੀ। ਪਰ ਮਹਾਰਾਜ ਜੀ ਕਹਿੰਦੇ ਨੇ ਇਹਨਾਂ ਦੇਵੀਆਂ ਦਾ ਕੋਈ ਅੰਤ, ਦੇਵਤਿਆਂ ਦਾ ਵੀ ਕੋਈ ਅੰਤ ਨਹੀਂ, ਦੇਵੀਆਂ ਦਾ ਕੋਈ। ਕਿਤੇ ਸਿੱਧ ਬੁੱਧ ਨਾਥ ਕਿਤੇ, ਕਿਤੇ ਦੇਵੀ ਵੇਸ, ਕਿਤੇ ਦੇਵ ਦਾਨਵ ਮੁੰਨ ਕਿਤੇ, ਕਿੰਨੇ ਕੁ ਦੇਵਤੇ ਨੇ। 33 ਕਰੋੜ ਦੇਵਤੇ ਨਹੀਂ ਹੈ ਗੁਰੂ ਸਾਹਿਬ, ਪਤਾ ਹੀ ਨਹੀਂ ਕਿੰਨੇ ਕੁ ਦੇਵਤੇ ਨੇ। ਦਾਨਵ ਕਿਤੇ, ਦੈਂਤ ਕਿੰਨੇ ਕੁ ਨੇ, ਇਹਦਾ ਵੀ ਕੋਈ ਅੰਤ। ਮੁੰਨ ਕਿਤੇ, ਪਤਾ ਨਹੀਂ ਮੁਨੀ ਕਿੰਨੇ ਕੁ ਨੇ। ਆ ਨਾਰਦ ਮੁਨੀ ਹੈ, ਹਾਂਜੀ, ਆ ਅਗਸਤ ਮੁਨੀ ਹੈ, ਜਿਹੜੇ ਮੰਨਣਸ਼ੀਲ ਨੇ ਉਹਨਾਂ ਨੂੰ ਮੁਨੀ ਆਉਂਦੇ ਨੇ। ਮਹਾਰਾਜ ਕਹਿੰਦੇ ਨੇ ਪਤਾ ਨਹੀਂ ਇਹ ਮੁਨੀ ਕਿੰਨੇ ਕੁ ਨੇ। ਕਿਤੇ ਰਤਨ ਸਮੁੰਦ, ਪਤਾ ਨਹੀਂ ਰਤਨਾਂ ਵਾਲੇ ਸਮੁੰਦਰ ਕਿੰਨੇ ਕੁ ਨੇ। ਇੱਕ ਸਮੁੰਦਰ 'ਚੋਂ 14 ਰਤਨ ਨਿਕਲੇ, ਅਤੇ ਮਹਾਰਾਜ ਜੀ ਕਹਿੰਦੇ ਨੇ ਪਤਾ ਨਹੀਂ ਇਹ ਕਿੰਨੇ ਕੁ ਰਤਨਾਂ ਵਾਲੇ ਸਮੁੰਦਰ ਨੇ, ਉਹਨਾਂ ਦਾ ਅੰਤ ਹੀ ਕੋਈ ਨਹੀਂ। ਕੇਤੀਆ ਖਾਣੀ, ਕੇਤੀਆ ਬਾਣੀ, ਅਸੀਂ 4 ਖਾਣੀਆਂ ਗਿਣਨੇ, ਅੰਡੇ ਜੇਰੇ ਸਵੇਤਾ ਜੋਤ ਪੁੱਜ, ਗੁਰੂ ਸਾਹਿਬਾਂ ਨੇ ਪਤਾ ਨਹੀਂ ਕਿੰਨੀਆਂ ਕੋਈ ਖਾਣੀਆਂ ਨੇ। 4 ਤਰ੍ਹਾਂ ਹੀ ਨਹੀਂ ਸ੍ਰਿਸ਼ਟੀ ਪੈਦਾ, ਪਤਾ ਨਹੀਂ ਕਈ ਤਰ੍ਹਾਂ ਸ੍ਰਿਸ਼ਟੀ ਪੈਦਾ ਹੋ ਰਹੀ ਹੈ। ਕੇਤੀਆ ਖਾਣੀ, ਕੇਤੀਆ ਬਾਣੀ, ਪਤਾ ਨਹੀਂ ਕਿੰਨੀਆਂ ਉਹ ਖਾਣੀਆਂ। ਖਾਣੀ ਆਉਂਦੇ ਨੇ ਜਿਵੇਂ ਜੌਰ 'ਚੋਂ ਪੈਦਾ ਹੋਣ ਵਾਲੇ ਜੀਵ, ਆਂਡਿਆਂ 'ਚੋਂ ਪੈਦਾ ਹੋਣ ਵਾਲੇ ਜੀਵ, ਸਫੇਦ ਆਉਂਦੇ ਨੇ ਇਹਨੂੰ ਮੁੜਕੇ ਨੂੰ, ਮੁੜਕੇ 'ਚੋਂ ਜਿਵੇਂ ਜੂਆਂ ਪੈਦਾ ਹੁੰਦੀਆਂ ਨੇ, ਧਰਤੀ ਦੇ ਮੁੜਕੇ 'ਚੋਂ ਡੱਡੂ ਜੋਕਾਂ ਪੈਦਾ ਹੋ ਜਾਂਦੀਆਂ, ਇਹਨੂੰ ਸਫੇਦ ਜਾਂਦੇ ਨੇ। ਇੱਕ ਉਤਪੁੱਜ, ਵੀ ਧਰਤੀ 'ਚੋਂ ਜਿਵੇਂ ਖੁੰਬਾਂ ਨਿਕਲ ਆਉਂਦੀਆਂ ਨੇ। 4 ਤਰ੍ਹਾਂ ਸ੍ਰਿਸ਼ਟੀ ਪੈਦਾ, ਇਹਨੂੰ 4 ਖਾਣੀਆਂ ਆਉਂਦੇ ਨੇ। ਪਰ ਮਹਾਰਾਜ ਜੀ ਕਹਿੰਦੇ ਨੇ ਪਤਾ ਨਹੀਂ ਕਿੰਨੀਆਂ ਕੋਈ ਖਾਣੀਆਂ ਨੇ। ਅੰਡੇ ਜੇਰੇ ਸਵੇਤ ਉਤਪੁੱਜ ਦੁਆਰਾ ਨਹੀਂ ਤਰ ਸ੍ਰਿਸ਼ਟੀ ਪੈ। ਮਹਾਂਪੁਰਖ ਦੱਸਦੇ ਨੇ ਗ੍ਰੰਥਾਂ 'ਚ ਲਿਖਿਆ, ਪਰ ਜਿਹੜੀ ਬਗਲੀ ਹੈ, ਬਗਲੇ ਦੇ ਘਰ ਵਾਲੀ, ਇਹ ਜਦੋਂ ਬਿਜਲੀ ਚਮਕਦੀ ਹੈ, ਉਹਨੂੰ ਉਦੋਂ ਗਰਭ ਹੁੰਦਾ ਹੈ, ਬਿਜਲੀ ਦੀ ਚਮਕ ਨਾਲ ਉਹ ਆਂਡੇ ਦਿੰਦੀ ਹੈ। ਬਗਲੀ ਅਤੇ ਬਗਲਾ ਗ੍ਰਸਤ ਨਹੀਂ ਕਰਦੇ, ਬੱਦਲ ਦੀ ਚਮਕ ਕਰਕੇ ਉਹਨੂੰ ਗਰਭ ਹੁੰਦਾ, ਉਹਦੇ ਕਰਕੇ ਉਹ ਆਂਡੇ ਦਿੰਦੀ ਹੈ। ਸੋ ਪਤਾ ਨਹੀਂ ਕਿੰਨੀ ਕੁ ਤਰ੍ਹਾਂ ਸ੍ਰਿਸ਼ਟੀ ਪੈਦਾ ਹੋ ਰਹੀ ਹੈ। ਮੋਰ ਜਿਹੜਾ ਹੈ ਉਹ ਪੈਲ ਪਾਉਂਦਾ, ਮੋਰਨੀ ਉਹਦੇ ਅੱਥਰੂ ਚੁੱਕਦੀ, ਉਹਦੀ ਅੱਖਾਂ 'ਚੋਂ ਅੱਥਰੂ ਡਿੱਗਦੇ ਨੇ ਟੇਪੇ, ਮੋਰਨੀ ਉਹ ਅੱਥਰੂ ਪੀ ਕੇ ਤਾਂ ਆਂਡੇ ਦਿੰਦੀ ਹੈ, ਉਹਦੇ ਬੱਚੇ ਇਸ ਤਰ੍ਹਾਂ ਪੈਦਾ ਹੁੰਦੇ। ਸੋ ਗੁਰੂ ਸਾਹਿਬ ਕਹਿੰਦੇ ਨੇ ਪਤਾ ਨਹੀਂ ਕਿੰਨੀ ਕੁ ਤਰ੍ਹਾਂ ਦੁਨੀਆ ਪੈਦਾ ਹੋ ਰਹੀ ਹੈ। 4 ਹੀ ਖਾਣੀਆਂ ਨਹੀਂ ਹੈ, ਬਹੁਤ ਖਾਣੀਆਂ ਨੇ। ਕੇਤੀਆ ਖਾਣੀ, ਕੇਤੀਆ ਬਾਣੀ, ਪਤਾ ਨਹੀਂ ਬਾਣੀਆਂ ਕਿੰਨੀਆਂ ਕੁ ਨੇ। ਵੈਸੇ ਤਾਂ ਬਾਣੀ 4 ਤਰ੍ਹਾਂ ਦੀ ਬਾਣੀ ਦੱਸੀ, ਬੈਖਰੀ ਬਾਣੀ, ਮੱਧਮਾ ਬਾਣੀ, ਪਛੰਤੀ ਬਾਣੀ, ਪਰਾ ਬਾਣੀ, ਇਹ ਤਾਂ ਅਸਥੂਲ ਤੋਂ ਸੂਖਸ਼ਮ ਰੂਪ ਬਾਣੀ ਹਨ। ਵੈਸੇ ਕਿੰਨੇ ਕੁ ਜੀ ਨੇ, ਸਭ ਦੀਆਂ ਵੱਖਰੀਆਂ ਵੱਖਰੀਆਂ ਬਾਣੀਆਂ ਨੇ। ਸਾਡੀ ਅਸੀਂ ਕੋਈ ਬਾਣੀ ਬੋਲ ਰਹੇ ਹਾਂ, ਜਾਨਵਰ ਕੋਈ ਹੋਰ ਬਾਣੀ ਬੋਲ ਰਹੇ ਨੇ, ਚੁਪਾਏ ਹੋਰ ਬਾਣੀ ਬੋਲ ਰਹੇ ਨੇ,
ਸਭ ਦੀ ਆਪੋ ਆਪਣੀ, ਦਰਖਤ ਵੀ ਬੋਲਦੇ ਨੇ, ਉਹ ਆਪਣੀ ਬੋਲੀ 'ਚ ਬੋਲ ਰਹੇ ਨੇ, ਸਭ ਬੋਲ ਰਹੇ ਨੇ, ਬਾਣੀ ਪ੍ਰਭ ਕੀ ਸਭ ਕੋ ਬੋਲੇ। ਪ੍ਰਭੂ ਦੀ ਬਾਣੀ ਜਿਹੜੀ ਹੈ ਸਭ ਦੇ ਅੰਦਰ ਹੈ, ਸਭ ਬੋਲਦੇ ਨੇ, ਪਰ ਸਾਨੂੰ ਕੋਈ ਪਤਾ ਨਹੀਂ, ਸਾਨੂੰ ਉਹਦਾ ਗਿਆਨ ਨਹੀਂ ਹੈ। ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੀ ਬਾਣੀ ਹੈ, ਕੋਈ ਅੰਤ ਨਹੀਂ। ਕਿਸੇ ਤਰ੍ਹਾਂ ਵੀ ਜੀਵ ਅੰਤ ਨਹੀਂ ਲੈ ਸਕਦਾ, ਗਿਣਤੀ ਨਹੀਂ ਕਰ ਸਕਦਾ। ਇਹਨੂੰ ਤਾਂ ਆਪਣਾ ਹੰਕਾਰ ਛੱਡ ਕੇ ਉਹਦੇ ਅੱਗੇ ਸਮਰਪਣ ਹੋ ਜਾਣਾ ਚਾਹੀਦਾ ਹੈ। ਐਡਾ ਵੱਡਾ ਪ੍ਰਭੂ ਪਰਮਾਤਮਾ, ਐਡੀ ਵੱਡੀ ਉਹਦੀ ਲੀਲਾ, ਅਤੇ ਫਿਰ ਇਹਦਾ ਹੰਕਾਰ ਮਾਨ ਟੁੱਟ ਜਾਂਦਾ ਹੈ, ਫਿਰ ਇਹਦਾ ਜਾਣਨ ਪੁਣੇ ਦਾ ਹੰਕਾਰ ਜਾਂਦਾ ਰਹਿੰਦਾ, ਫਿਰ ਕਹਿੰਦਾ ਮੈਂ ਤਾਂ ਕੁਝ ਵੀ ਨਹੀਂ ਜਾਣਦਾ। ਕਈ ਕਹਿੰਦੇ ਮੈਂ ਬੜਾ ਜਾਣਨਾ, ਅਤੇ ਗੁਰੂ ਸਾਹਿਬ ਨੇ ਤੂੰ ਕੀ ਜਾਣਨਾ ਦੱਸ, ਤੈਨੂੰ ਤਾਂ ਖਾਣੀਆਂ ਦੇ ਨਹੀਂ ਪਤਾ ਕਿੰਨੀ ਕੁ ਤਰ੍ਹਾਂ, ਬਾਣੀਆਂ ਦੇ ਨਹੀਂ ਪਤਾ ਕਿੰਨੀ, ਧਰਤੀਆਂ ਕਿੰਨੀਆਂ ਕੁ ਨੇ, ਪਾਣੀ ਕਿੰਨੇ ਨੇ, ਹਵਾ ਕਿੰਨੀ ਕੁ ਹੈ, ਜੀਵ ਕਿੰਨੇ ਕੁ ਨੇ, ਕਿੰਨੇ ਉਹਨਾਂ ਦੇ ਨਾਂ ਨੇ, ਹੈ ਕੋਈ ਲੈ ਸਕਦਾ ਹਿਸਾਬ ਕਿਤਾਬ? ਪਰਮਾਤਮਾ ਕੋਈ ਨਹੀਂ ਲੈ ਸਕਦਾ ਹਿਸਾਬ ਕਿਤਾਬ, ਕੋਈ ਨਹੀਂ ਪੂਰਾ ਜਾਣ ਸਕਦਾ। ਇਹ ਗੁਰੂ ਸਾਹਿਬ ਕਿਉਂ ਸਮਝਾ ਰਹੇ ਨੇ ਸਾਨੂੰ, ਕਿਉਂ ਉਪਦੇਸ਼ ਦਿੰਦੇ ਨੇ? ਇਹ ਸਾਡੇ ਜੀਵਨ ਨਾਲ ਇਸ ਉਪਦੇਸ਼ ਦਾ ਕੀ ਸੰਬੰਧ ਹੈ? ਸਾਡੇ ਜੀਵਨ ਨਾਲ ਇਹ ਸੰਬੰਧ ਹੈ, ਸਾਡੀ ਸੁਰਤੀ ਜਿਹੜੀ ਹੈ ਜਦੋਂ ਧਰਮ ਕਰਕੇ ਨਿਰਮਲ ਹੁੰਦੀ ਹੈ ਅਤੇ ਗਿਆਨ ਖੰਡ 'ਚ ਟੁੱਟ ਜਾਂਦੀ ਹੈ। ਕੀ ਗਿਆਨ ਹੋਇਆ? ਭਈ ਪ੍ਰਭੂ ਪਰਮਾਤਮਾ ਦੀ ਰਚੀ ਹੋਈ ਬੇਅੰਤ ਹੈ, ਮੈਂ ਉਹਨੂੰ ਪੂਰੀ ਜਾਣ ਨਹੀਂ ਸਕਦਾ, ਅਤੇ ਬੁੱਧੀ ਦਾ ਅਭਿਮਾਨ ਜਾਂਦਾ ਰਹਿੰਦਾ ਹੈ। ਬੁੱਧੀ ਵੀ ਫਿਰ ਪ੍ਰਭੂ ਦੇ ਸਮਰਪਣ ਹੋ ਜਾਂਦੀ ਹੈ ਵੀ ਹੇ ਪ੍ਰਭੂ ਤੂੰ ਆਪ ਵੀ ਮਹਾਨ ਹੈ, ਤੇਰੀ ਰਚੀ ਹੋਈ ਲੀਲਾ ਵੀ ਮਹਾਨ ਹੈ, ਮੈਂ ਸਾਰਾ ਕਿਵੇਂ ਤੈਨੂੰ ਜਾਣ ਸਕਣਾ, ਤੂੰ ਮੇਰੇ 'ਤੇ ਕਿਰਪਾ ਕਰ, ਰਹਿਮ ਕਰ, ਮੈਂ ਕੁਝ ਕੁ ਤੇਰੇ ਚਰਨਾਂ ਨਾਲ ਜੁੜ ਸਕਾਂ। ਆਪਣਾ ਮਾਣ ਹੰਕਾਰ ਛੱਡ ਦਿੰਦਾ ਜੀ, ਫਿਰ ਬੁੱਧੀ ਦਾ ਮਾਣ ਜਾਂਦਾ ਰਹਿੰਦਾ ਹੈ। ਹੁਣ ਤਾਂ ਪਤਾ ਨਹੀਂ ਬੜਾ ਫਿਲਾਸਫਰ ਬਣਦਾ ਜੀਵ, ਮੈਂ ਉਹ ਵੀ ਜਾਣਨਾ, ਮੈਂ ਉਹ ਵੀ ਜਾਣਨਾ, ਮੈਂ ਉਹ ਵੀ ਜਾਣਨਾ। ਜਿੰਨੀਆਂ ਗੁਰੂ ਸਾਹਿਬ ਦੱਸਦੇ ਨੇ ਪਏ, ਇਹਨਾਂ 'ਚੋਂ ਜੀਵ ਕੀ ਜਾਣਦਾ? ਭਾਵੇਂ ਕਿੱਡਾ ਹੀ ਵੱਡਾ ਕੋਈ ਗਿਆਨੀ ਹੈ, ਉਹ ਨਹੀਂ ਜਾਣ ਮਾਰੇ ਆ ਕਿ ਤੇ ਰਤਨ ਸਮੁੰਦਰ, ਵੀ ਕਿੰਨੇ ਕੁ ਰਤਨਾਂ ਵਾਲੇ ਸਮੁੰਦਰ ਨੇ। ਅਸੀਂ ਤਾਂ ਇੱਕ ਤੋਂ ਦੂਜਾ ਤੀਜਾ 'ਚੋਂ ਪੰਜ ਛੇ ਸਮੁੰਦਰ ਜਾਣਾਂਗੇ, ਸੱਤ ਸਮੁੰਦਰ, ਅਤੇ ਗੁਰੂ ਸਾਹਿਬ ਆਉਂਦੇ ਨੇ ਗਿਣਤੀ ਹੀ ਨਹੀਂ ਕਿੰਨੇ ਕੁ ਸਮੁੰਦਰ ਨੇ, ਦੱਸੋ ਕੌਣ ਜਾਣ ਸਕਦਾ? ਫਿਰ ਬੁੱਧੀ ਦਾ ਨਾ ਜਿਹੜਾ ਬਲ, ਬੁੱਧੀ ਦਾ ਮਾਣ ਹੰਕਾਰ ਹਉਮੇ, ਇਹ ਨਿਕਲ ਜਾਂਦੀ ਹੈ। ਇਹੀ ਸਾਡੀ ਹਉਮੇ ਮੈਂ, ਇਹੀ ਸਾਡਾ ਮੈਂਪੁਣਾ ਹੈ, ਇਹਨੂੰ ਗੁਰੂ ਸਾਹਿਬ ਦੂਰ ਕਰਨਾ ਚਾਹੁੰਦੇ ਨੇ। ਹਉਮੇ ਬੂਝੇ ਤਾਂ ਦਰ ਸੂਝੇ, ਤੈਨੂੰ ਆਪਣੀ ਹਉਮੇ ਬਾਬਤ ਪਤਾ ਲੱਗ ਜਾਏ ਮੈਂ ਕੁਝ ਵੀ ਨਹੀਂ, ਅਤੇ ਤੈਨੂੰ ਪ੍ਰਭੂ ਦੇ ਦਰ ਦੀ ਸੋਝੀ ਆ ਜਾਏਗੀ। ਇਹ ਹਉਮੇ ਦੀ ਤੇਰੇ ਅੱਗੇ ਕੰਧ ਹੈ, ਹਉਮੇ ਦੀ ਤੇਰੇ ਅੱਗੇ ਪੜਦਾ ਹੈ। ਹਉ ਹਉ ਭੀਤ ਪਾਇਓ ਹੋਏ ਬੀਚੋ, ਸੁਨਤ ਦੇਸ ਨਿਕਟਾਇਓ, ਭਾਂਭੀਰੀ ਕੇ ਪਾਤ ਪਰ ਦੋ, ਬਿਨ ਪੇਖੇ ਦੂਰ ਆਇਓ। ਇਹ ਹਉਮੇ ਦਾ ਹੀ ਪੜਦਾ ਹੈ, ਇਹ ਦੂਰ ਹੋਵੇਗਾ ਪਰਮੇਸ਼ਰ ਦੀ ਬੇਅੰਤ ਸ੍ਰਿਸ਼ਟੀ ਨਾਲ ਜੋ ਤੂੰ ਜੁੜੇਗਾ, ਗਿਆਨ ਖੰਡ 'ਚ ਤੇਰੀ ਸੁਰਤੀ ਜਾਏਗੀ। ਪਹਿਲਾਂ ਧਰਮ ਕਮਾਸ ਧਰਤੀ, ਮਨ ਨਿਰਮਲ ਹੋਵੇ, ਫਿਰ ਗਿਆਨ ਖੰਡ ਅਗਲੀ ਅਵਸਥਾ ਤੈਨੂੰ ਪ੍ਰਾਪਤ ਹੋਵੇ। ਸੂਖਸ਼ਮ ਕਿਉਂ ਤੂੰ ਸੂਖਮ ਹੋਇਓ ਅਸਥੂਲੀ, ਇਹ ਅਸਥੂਲ ਤੋਂ ਸੂਖਸ਼ਮ ਸ੍ਰਿਸ਼ਟੀ ਵੱਲ ਜਾਣਾ ਹੈ, ਸਾਡੀ ਸੁਰਤੀ ਹੋਰ ਸੂਖਮ ਹੁੰਦੀ ਜਾਏਗੀ, ਬਰੀਕ, ਅਤੇ ਹਉਮੇ ਜਾਂਦੀ ਰਹੇਗੀ, ਅਤੇ ਜਿਉਂ ਜਿਉਂ ਹਉਮੇ ਬਿਲਕੁਲ ਖਤਮ ਹੋ ਗਈ, ਅਤੇ ਫਿਰ ਜਿਹੜਾ ਪਿੱਛੇ ਰਹੇਗਾ ਬਕਾਇਆ, ਉਹ ਸੱਤ ਹੈ, ਉਹ ਕੁਟਸਥ ਹੈ, ਸਾਕਸ਼ੀ ਹੈ, ਅੰਤਰਯਾਮੀ ਹੈ, ਪਰਮਾਤਮਾ ਹੈ, ਉਹਦੇ ਨਾਲ ਮਿਲ ਜਾਏਗਾ ਫਿਰ ਇੱਕ ਮੇ ਕੋਈ, ਸਮਝੋ ਆਪਣੇ ਘਰ ਪਹੁੰਚ ਗਿਆ, ਆਪਣੇ ਟਿਕਾਣੇ ਪਹੁੰਚ ਗਿਆ, ਪਰਮ ਸ਼ਾਂਤੀ ਵਾਲੇ ਚੌਥੇ ਪਾਦੇ 'ਚ ਟੁਰ ਗਿਆ। ਚੌਥੇ ਪਦ ਮੇ ਸਹਿਜ ਹੈ, ਗੁਰਮੁਖ ਪਾਇਆ ਜਾਏ, ਫਿਰ ਗੁਰਮੁਖ ਹੋ ਜਾਏਗਾ, ਸਹਿਜ ਅਵਸਥਾ ਪ੍ਰਾਪਤ ਹੋ ਜਾਏਗੀ। ਇਹ ਹੌਂ ਜਿਹੜੀ ਸੀ ਇਹ ਜਾਣ ਨਹੀਂ ਸੀ ਦਿੰਦੀ ਪਈ, ਇਹ ਹੌਂ ਜਾਂਦੀ ਰਹੇਗੀ। ਜਦੋਂ ਬੇਅੰਤ ਰਚਨਾ ਵੇਖੇਗੀ ਸਾਡੀ ਸੁਰਤੀ, ਸਾਡੀ ਬੁੱਧੀ, ਅਤੇ ਬੁੱਧੀ ਦਾ ਬਲ ਜਾਂਦਾ ਰਹੇਗਾ, ਮੈਂ ਕੁਝ ਵੀ ਨਹੀਂ ਜਾਣ। ਕੇਤੇ ਦੇਵ ਦਾਨੋ ਮੁੰਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ,
ਕੇਤੇ ਪਾਤ ਨਰਿੰਦ ਨਰਿੰਦ ਨਾ ਰਾਜੇ ਨਰਾਂ ਦੇ ਇੰਦ ਪਾਤ ਨਾ ਕਤਾਰਾਂ ਪੰਗਤੀਆਂ ਪਤਾ ਨਹੀਂ ਰਾਜਿਆਂ ਦੀਆਂ ਕਿੰਨੀਆਂ ਕੁ ਕਤਾਰਾਂ ਨੇ ਮਾਰੇ ਜਾਂਦੇ ਨੇ ਇਹਦਾ ਕੋਈ ਪਤਾ ਨਹੀਂ ਕੇਤੀਆ ਸੁਰਤੀ ਸੇਵਕ ਕੇਤੇ ਪਤਾ ਨਹੀਂ ਸ਼ੁਰਤੀਆਂ ਕਿੰਨੀਆਂ ਕੁ ਨੇ ਵੇਦਾਂ ਦੀਆਂ ਉਹਨਾਂ ਨੂੰ ਜਾਣਨ ਵਾਲੇ ਰਿਖੀ ਸੇਵਕ ਉਹ ਕਿੰਨੇ ਕੁ ਨੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਨਾਨਕ ਅੰਤ ਨਾ ਅੰਤ ਗੁਰੂ ਨਾਨਕ ਸਾਹਿਬ ਆਉਂਦੇ ਨੇ ਇਹ ਬੁੱਧੀ ਦਾ ਅਤੇ ਜੀਵ ਦਾ ਅਤੇ ਅੰਤ ਹੋ ਜਾਏਗਾ ਉਹਨੂੰ ਜਾਣਦਿਆਂ ਜਾਣਦਿਆਂ ਅਤੇ ਅੰਤ ਵਾਲਾ ਹੈ ਪਰ ਉਹਦਾ ਤਾਂ ਅੰਤ ਨਹੀਂ ਨਾਨਕ ਅੰਤ ਨਾ ਅੰਤ ਜਿਹੜੇ ਉਹਦਾ ਅੰਤ ਲੈਣ ਗਏ ਉਹਨਾਂ ਦਾ ਤਾਂ ਅੰਤ ਹੋ ਗਿਆ ਪਰ ਅੱਗੋਂ ਉਹਦਾ ਤਾਂ ਅੰਤ ਕੋਈ ਨਹੀਂ ਬ੍ਰਹਮਾ ਅੰਤ ਲੈਣ ਗਿਆ ਕੋਈ ਲਿਆ ਅਨੰਤ ਕੋ ਚਾਹਣ ਜੋ ਗਏ ਸੋ ਆਏ ਅਨੰਤ ਗਵਾਏ ਗੁਰਬਾਣੀ 'ਚ ਮਾਰੇ ਜਾਂਦੇ ਜਿਹੜੇ ਪ੍ਰਭੂ ਪਰਮਾਤਮਾ ਦਾ ਅੰਤ ਲੈਣ ਗਏ ਜਾਂ ਪ੍ਰਭੂ ਪਰਮਾਤਮਾ ਦੀ ਰਚੀ ਹੋਈ ਸ੍ਰਿਸ਼ਟੀ ਉਹਦੀ ਲੀਲਾ ਦਾ ਅੰਤ ਲੈਣ ਗਏ ਆਉਂਦੇ ਨੇ ਉਹ ਆਪਣਾ ਅੰਤ ਕਰ ਆਏ ਉਹਨਾਂ ਦਾ ਅੰਤ ਹੋ ਗਿਆ ਮਤਲਬ ਉਹਨਾਂ ਦਾ ਆਪਣਾ ਹੋਂ ਜਾਂਦਾ ਰਿਹਾ ਉਹ ਆਪ ਹੀ ਵਿੱਚ ਖਤਮ ਹੋ ਗਏ ਜਿਵੇਂ ਉਦਾਹਰਣ ਦਿੰਦੇ ਨੇ ਭਾਈ ਕੋਈ ਲੂਣ ਦੀ ਡਲੀ ਸਮੁੰਦਰ ਦਾ ਅੰਤ ਲੈਣ ਗਈ ਵੀ ਸਮੁੰਦਰ ਕਿੱਥੋਂ ਕੁ ਤੀਕ ਡੂੰਘਾ ਉਹਦੀ ਸਤਾ ਤੱਕ ਜਾਂਦਿਆਂ ਉਹਦੇ ਮਤਲਬ ਹੇਠਲੇ ਪਤਾਲ ਤੀਕ ਜਾਂਦਿਆਂ ਉਹ ਲੂਣ ਦੀ ਡਲੀ ਰਾਹ 'ਚ ਹੀ ਖੁਰ ਗਈ ਘੁਲ ਗਈ ਦੂਜੀਆਂ ਡਲੀਆਂ ਬਾਹਰ ਉਡੀਕਣ ਵੀ ਆਈ ਨਹੀਂ ਉਹ ਕੀ ਆ ਕੇ ਦੱਸਿਓ ਤਾਂ ਉਹਨਾਂ ਵਿੱਚ ਹੀ ਮਿਲ ਗਈ ਪਾਣੀ ਦੇ ਇਸ ਤਰ੍ਹਾਂ ਮਾਰੇ ਜਾਂਦੇ ਨੇ ਸਾਡੀ ਸੁਰਤੀ ਲੂਣ ਦੀ ਡਲੀ ਵਾਂਗੂ ਹੈ ਪਰਮਾਤਮਾ ਸਮੁੰਦਰ ਵਾਂਗੂ ਜਿਹੜਾ ਉਹਦਾ ਅੰਤ ਲੈਣ ਗਏ ਉਹ ਆਏ ਅਨੰਤ ਗੁਆਏ ਉਹ ਤਾਂ ਆਪਣਾ ਹੰਕਾਰ ਗੁਆਏ ਉਹਨਾਂ ਦਾ ਆਪਣਾ ਹੀ ਅੰਤ ਹੋ ਗਿਆ ਉਹ ਆਪ ਹੀ ਖਤਮ ਹੋ ਗਏ ਉਹਦੇ 'ਚ ਆਪ ਹੀ ਲੀਨ ਹੋ ਗਏ ਨਦੀ ਸਮੁੰਦਰ ਦਾ ਅੰਤ ਲੈਣ ਗਈ ਸਮੁੰਦਰ 'ਚ ਮਿਲ ਗਈ ਸਮੁੰਦਰ ਰੂਪ ਹੋ ਗਈ ਇਸ ਤਰ੍ਹਾਂ ਭਗਤ ਸੰਤ ਪਰਮਾਤਮਾ ਦਾ ਅੰਤ ਨਹੀਂ ਲੈ ਸਕਦੇ ਜਿਹੜੇ ਉਹਦੇ ਪਿਆਰੇ ਨੇ ਪ੍ਰੇਮਾ ਭਗਤੀ ਵਾਲੇ ਉਹ ਤਾਂ ਉਹਦੇ 'ਚ ਲੀਨ ਹੋ ਗਏ ਤੂੰ ਕਰਦੇ ਤੂੰ ਰੂਪ ਹੋ ਗਏ ਉਹਦੇ ਪਾਰਲੇ ਪਾਸੇ ਦਾ ਨਹੀਂ ਪਤਾ ਲੱਗਾ ਧਰਮ ਖੰਡ 'ਚੋਂ ਗਿਆਨ ਖੰਡ ਹੀ ਸੁਰਤੀ ਗਈ ਅਤੇ ਇਹਨੂੰ ਬੇਅੰਤ ਰਚੀ ਹੋਈ ਦਿੱਸੀ ਪਰਮਾਤਮਾ ਦੀ ਸ੍ਰਿਸ਼ਟੀ ਅਤੇ ਫਿਰ ਇਹਦਾ ਆਪਣਾ ਤਾਂ ਅੰਤ ਹੋ ਗਿਆ ਪਰ ਉਹਦੀ ਰਚੀ ਹੋਈ ਸ੍ਰਿਸ਼ਟੀ ਦਾ ਅੰਤ ਨਾ ਆਇਆ ਗਿਆਨ ਖੰਡ ਕਾ ਆਖੋ ਕਰਮ ਪਹਿਲਾਂ ਗਿਆਨ ਖੰਡ ਮੇ ਗਿਆਨ ਪ੍ਰਚੰਡ ਇਹ ਅੱਗੇ ਦੱਸਣਗੇ ਹੁਣ ਇਹ ਸਾਰਾ ਗਿਆਨ ਖੰਡ ਦਾ ਹਿਸਾਬ ਕਿਤਾਬ ਹੈ ਇਹ ਗਿਆਨ ਖੰਡ ਦੀ ਕਥਾ ਹੈ ਸਾਰੀ ਅਤੇ ਇਹ ਕੋ ਮੁੱਕ ਨਹੀਂ ਗਈ ਇਹ ਗੁਰਬਾਣੀ ਜਿਹੜੀ ਹੈ ਗੁਰੂ ਦਾ ਰੂਪ ਹੈ ਗੁਰੂ ਨਾਨਕ ਦਾ ਉਹਨਾਂ ਦਾ ਹਿਰਦਾ ਹੈ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਬੜਿਆਂ ਨੇ ਇਹਨੂੰ ਕਥਿਆ ਹੈ ਕਥ ਕਥ ਕੇ ਉਹ ਵੀ ਆਪਣਾ ਅੰਤ ਕਰ ਬੈਠੇ ਪਰ ਇਹਦਾ ਅੰਤ ਨਹੀਂ ਆਇਆ ਪ੍ਰਭੂ ਪਰਮਾਤਮਾ ਦੀ ਸ੍ਰਿਸ਼ਟੀ ਦਾ ਅੰਤ ਨਹੀਂ ਆਉਂਦਾ ਧਰਮ ਖੰਡ ਤੋਂ ਗਿਆਨ ਖੰਡ ਹੀ ਸੁਰਤੀ ਗਈ ਅਤੇ ਪਤਾ ਲੱਗਾ ਉਹਦਾ ਕੋਈ ਅੰਤ ਨਹੀਂ ਅਤੇ ਮੈਂ ਅੰਤ ਵਾਲਾ ਹਾਂ ਜੀਵ ਜਿਹੜਾ ਜਗਿਆਸੂ ਹੈ ਸਿੱਖ ਹੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਇਸ ਗਿਆਨ ਖੰਡ ਹੀ ਜਦੋਂ ਸੁਰਤੀ ਗਈ ਅਤੇ ਇਹਨੂੰ ਫਿਰ ਪ੍ਰਚੰਡ ਗਿਆਨ ਹੋਇਆ ਤੇਜ਼ ਗਿਆਨ ਅਨੁਭਵੀ ਗਿਆਨ ਤਿੱਥੇ ਨਾਦ ਵਿਨੋਦ ਕੋਡ ਆਨੰਦ ਇਹ 35ਵੀਂ ਪੌੜੀ ਜਿਹੜੀ ਹੈ ਇਹ ਇੱਥੇ ਇਹਦੀ ਸਮਾਪਤੀ ਹੈ
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਇਹ 35ਵੀਂ ਪੌੜੀ ਦੀ ਇੱਥੇ ਸਮਾਪਤੀ ਹੈ। ਇਦੂ ਅਗਲੀ ਪੌੜੀ ਜਿਹੜੀ 36ਵੀਂ ਹੈ ਉਹਦੀ ਸ਼ੁਰੂਆਤ ਹੈ ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਭਈ ਗਿਆਨ ਖੰਡ ਦੇ ਵਿੱਚ ਪ੍ਰਚੰਡ ਗਿਆਨ ਹੁੰਦਾ ਹੈ। ਗਿਆਨ ਖੰਡ ਦੇ ਵਿੱਚ ਪ੍ਰਚੰਡ ਗਿਆਨ ਹੁੰਦਾ ਹੈ। ਪ੍ਰਚੰਡ ਦਾ ਮਤਲਬ ਤੇਜ਼ ਗਿਆਨ। ਪਹਿਲਾਂ ਧਰਮਖੰਡ ਦਾ ਵਰਣਨ ਹੈ। ਇਹ ਪੰਜਾਂ ਤੱਤਾਂ ਦੀ ਰਚਨਾ ਜਿਹੜੀ ਧਰਤੀ ਹੈ, ਧਰਮਸਾਲ ਹੈ, ਇਹਨੂੰ ਧਰਮਖੰਡ ਆਖਿਆ ਹੈ। ਅਤੇ ਇਹਦੂ ਅਗਲੀ ਅਵਸਥਾ ਜਾਂ ਅਗਲੀ ਜਿਹੜੀ ਇਹਨੂੰ ਪ੍ਰਤੀਤੀ ਹੁੰਦੀ ਹੈ ਉਹਨੂੰ ਗਿਆਨ ਖੰਡ ਆਖਿਆ ਹੈ। ਭਈ ਸੁਰਤੀ ਜਿਹੜੀ ਹੈ ਉਹ ਹੌਲੀ ਹੌਲੀ ਸੂਖਮ ਦੇਸ ਨੂੰ ਜਾਂਦੀ ਹੋਈ ਪ੍ਰਚੰਡ ਗਿਆਨ ਵੱਲ ਜਾ ਰਹੀ ਹੈ। ਅਤੇ ਇਹ ਸੂਖਮ ਦੇਸਾਂ ਦਾ ਅਨੁਭਵ ਕਰਦੀ ਹੈ, ਸੂਖਮ ਸ੍ਰਿਸ਼ਟੀ ਦਾ ਅਨੁਭਵ ਕਰਦੀ ਹੈ, ਅਸਥੂਲ ਦਾ ਵੀ ਅਤੇ ਸੂਖਮ ਦਾ ਵੀ, ਅਵਤਾਰਾਂ ਦਾ, ਦੇਵੀਆਂ ਦਾ, ਦੇਵਤਿਆਂ ਦਾ, ਦਾਨਵਾਂ ਦਾ, ਪੌਣ ਦਾ, ਪਾਣੀ ਦਾ, ਰਤਨਾਂ ਵਾਲੇ ਸਮੁੰਦਰਾਂ ਦਾ, ਸਭ ਦਾ ਕੋਈ ਅੰਤ ਨਹੀਂ। ਇਹ ਗਿਆਨ ਖੰਡ ਦੇ ਵਿੱਚ ਇਹਨੂੰ ਪ੍ਰਚੰਡ ਗਿਆਨ ਹੁੰਦਾ ਹੈ। ਤਿੱਥੇ ਨਾਦ ਵਿਨੋਦ ਕੋਡ ਆਨੰਦ। ਨਾਦ ਆਉਂਦੇ ਨੇ ਸ਼ਬਦ, ਵਿਨੋਦ ਆਉਂਦੇ ਨੇ ਜਿਹਨੂੰ ਅਸੀਂ ਮੋਦ ਪ੍ਰਮੋਦ ਦੀ ਅਵਸਥਾ ਨੇ, ਖੁਸ਼ੀ ਦੀ ਅਵਸਥਾ। ਕੋਡ ਇੱਕ ਰਾਗ, ਦੋ ਮਿਲ ਕੇ ਅਤੇ ਉਹਦਾ ਜਿਹੜਾ ਆਨੰਦ ਉਹਨੂੰ ਕੋਡ ਆਨੰਦ ਆਉਂਦੇ ਨੇ। ਵੈਸੇ ਵਿਦਵਾਨਾਂ ਨੇ ਕੋਡ ਦਾ ਕਰੋੜ ਅਰਥ ਲਾ ਕੇ ਇਹ ਵੀ ਕੀਤਾ ਅਰਥ ਹੈ ਵੀ ਉੱਥੇ ਨਾਦਾਂ ਅਤੇ ਵਿਨੋਦਾਂ ਦਾ ਕਰੋੜਾਂ ਗੁਣਾ ਆਨੰਦ ਉਹਨੂੰ ਜਗਿਆਸੂ ਨੂੰ ਆਉਂਦਾ ਹੈ, ਸਿੱਖ ਨੂੰ ਆਉਂਦਾ ਹੈ, ਗੁਰਮੁਖ ਨੂੰ ਆਉਂਦਾ ਹੈ, ਜਿਹਦੀ ਸੁਰਤੀ ਗਿਆਨ ਖੰਡ ਵਿੱਚ ਪਹੁੰਚ ਜਾਂਦੀ ਹੈ। ਸਰਮ ਖੰਡ ਕੀ ਬਾਣੀ ਰੂਪ। ਇਦੂ ਅਗਲੇ ਖੰਡ ਨੂੰ ਸਰਮ ਖੰਡ ਆਖਿਆ। ਇਹ ਹੋਰ ਵੀ ਸੂਖਮ ਲੋਕ ਹੈ, ਸੂਖਮ ਅਵਸਥਾ ਹੈ। ਇਹ ਸੂਖਮ ਅਵਸਥਾ ਹੈ, ਅਸਥੂਲ ਤੋਂ ਸੂਖਮਤਾ ਵੱਲ ਜਾ ਰਹੀ ਹੈ ਸੁਰਤੀ ਸਿੱਖ ਦੀ। ਪਹਿਲਾਂ ਧਰਮਖੰਡ, ਫਿਰ ਗਿਆਨ ਖੰਡ ਅਤੇ ਹੁਣ ਸਰਮ ਖੰਡ। ਗਿਆਨ ਖੰਡ ਜਦੋਂ ਤੇਜ਼ ਗਿਆਨ ਹੋਇਆ ਅਤੇ ਉੱਥੇ ਬੜਾ ਆਨੰਦ ਇਹਨੂੰ ਪ੍ਰਤੀਤ ਹੋਇਆ, ਨਾਦਾਂ ਵਿਨੋਦਾਂ ਦਾ ਮੋਦ ਪ੍ਰਮੋਦ ਅਵਸਥਾ ਪ੍ਰਾਪਤ ਹੋਈ। ਅਤੇ ਫਿਰ ਸਰਮ ਖੰਡ 'ਚ ਪਹੁੰਚ ਗਈ ਸੁਰਤੀ। ਉੱਥੋਂ ਦੀ ਜਿਹੜੀ ਬਾਣੀ ਹੈ ਉਹ ਬੜੀ ਸੁੰਦਰ ਹੈ। ਕਰਮ ਸਰਮ ਖੰਡ ਕੀ ਬਾਣੀ ਰੂਪ। ਮਹਾਰਾਜ ਨੇ ਜੇ ਸਰਮ ਖੰਡ ਜਦੋਂ ਸੁਰਤੀ ਗਈ, ਸਰਮ ਨਾ ਹੈ ਲੱਜਾ ਦਾ, ਜਾਂ ਸਰਮ ਖੰਡ ਹੈ ਵਿਰਾਗ ਦਾ, ਸਰਮ ਖੰਡ ਹੈ ਪੁਰਖਾਰਥ ਦਾ, ਮਿਹਨਤ ਦਾ, ਕਮਾਈ ਦਾ। ਕਮਾਈ ਹੈ ਸਿਮਰਨ ਦੀ। ਸਿਮਰਨ ਕਰਦਿਆਂ ਇਸ ਵਿਰਾਗਮੈ, ਪ੍ਰੇਮਮੈ, ਮੋਦ ਪ੍ਰਮੋਦ ਅਵਸਥਾ ਜਿਹੜੀ ਹੈ, ਉਸ ਅਵਸਥਾ ਜਦੋਂ ਸੁਰਤੀ ਗਈ ਤਾਂ ਇਹਨੂੰ ਸਰਮ ਖੰਡ ਆਖਿਆ। ਸਰਮ ਨਾਮ ਇੱਕ ਵਿਰਾਗਮਈ ਅਵਸਥਾ, ਪ੍ਰੇਮਮਈ ਅਵਸਥਾ, ਇਕਾਗਰ ਅਵਸਥਾ ਸੁਰਤੀ ਦੀ, ਸੂਖਮ ਸੁਰਤੀ ਹੋ ਜਾਂਦੀ ਜਦੋਂ। ਸਰਮ ਖੰਡ ਕੀ ਬਾਣੀ ਰੂਪ। ਸਰਮ ਖੰਡ 'ਚ ਜਦੋਂ ਸੁਰਤੀ ਜਾਂਦੀ ਤਾਂ ਉਹਦੀ ਬਾਣੀ ਬੜੀ ਰੂਪ ਵਾਲੀ, ਬੜੀ ਸੁੰਦਰ ਹੋ ਜਾਂਦੀ, ਮਿੱਠੀ ਬੋਲੀ ਹੋ ਜਾਂਦੀ ਹੈ, ਨਿਮਰਤਾ ਵਾਲੀ ਬੋਲੀ ਹੋ ਜਾਂਦੀ ਹੈ, ਬੜੀ ਨਿਰਮਲ ਬਾਣੀ ਹੋ ਜਾਂਦੀ ਹੈ। ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਉੱਥੇ ਘਾੜਤ ਘੜੀ ਜਾਂਦੀ ਸੁਰਤੀ ਦੀ ਬੜੀ ਅਨੁਪਮ ਸੁੰਦਰ, ਤਾਂ ਕਿ ਆ ਗੱਲਾਂ ਕਥੀਆਂ ਨਾ ਜਾਏ। ਉਹ ਸਰਮਖੰਡ ਵਿੱਚ ਆਪਣੇ ਉਹ ਜਿਹੜੇ ਜਗਿਆਸੂ ਨੇ, ਸਿੱਖ ਨੇ, ਉਹਨਾਂ ਦੀ ਅਵਸਥਾ ਦਾ ਫਿਰ ਕਹਿਣਾ ਕੀ ਹੈ। ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਪੂਰੀਆਂ ਨਹੀਂ ਕਥਨ 'ਚ ਆਉਂਦੀਆਂ। ਜੇ ਕੋ ਕਹਿ ਪਿੱਛੇ ਪਛਤਾਏ, ਜੇ ਕੋ ਕਹਿਣ ਦੀ ਕੋਸ਼ਿਸ਼ ਕਰੇਗਾ ਉਹ ਪਛਤਾਏਗਾ ਵੀ ਪੂਰੀ ਨਹੀਂ ਕਹਿ ਸਕਿਆ, ਮੇਰੇ ਤੋਂ ਗਲਤੀ ਹੋ ਗਈ ਹੈ, ਮੇਰੇ ਤੋਂ ਅਨਿਆਏ ਹੋਇਆ ਹੈ।
ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਸਰਮਖੰਡੀ ਸੁਰਤੀ ਘੜੀ ਜਾਂਦੀ ਹੈ, ਉੱਥੇ ਸੁਰਤ ਮਤਲਬ ਸ੍ਰੇਸ਼ਟ ਰਤੀ, ਉੱਤਮ ਪ੍ਰੀਤੀ, ਪ੍ਰੇਮਾ ਭਗਤੀ ਵਾਲੀ, ਇਹਦਾ ਮਨ ਅਤੇ ਬੁੱਧੀ ਜਿਹੜੀ ਹੈ ਉਹ ਸੁਰਤ ਰੂਪ ਹੋ ਜਾਂਦੀ, ਸੋਝੀ ਵਾਲੀ ਹੋ ਜਾਂਦੀ, ਉੱਤਮ ਪ੍ਰੀਤੀ ਵਾਲੀ ਹੋ ਜਾਂਦੀ ਹੈ, ਮਤਲਬ ਬੜੀ ਸ੍ਰੇਸ਼ਟ ਹੋ ਜਾਂਦੀ ਹੈ। ਸੁਰਤ ਦਾ ਮਤਲਬ ਹੁੰਦਾ ਹੋਸ਼, ਧਿਆਨ, ਜੇ ਮਾਤਾਂ ਦੇ ਉੱਚੀ ਸੁਰਤ ਮਤ, ਮਨ ਅਤੇ ਬੁੱਧੀ, ਮਤਲਬ ਮਨ ਹੈ ਸੰਕਲਪ ਕਲਦਾ, ਬੁੱਧੀ ਨਿਸ਼ਚੇ, ਬੁੱਧੀ ਵੀ ਅਤੇ ਮਨ ਜਿਹੜੀ ਹੈ, ਬੁੱਧੀ ਜਿਹੜੀ ਹੈ ਅਤੇ ਮਨ ਜਿਹੜਾ ਹੈ, ਮਨ ਆਉਂਦੇ ਨੇ ਫੁਰਨੇ ਨੂੰ, ਸੰਕਲਪ ਵਿਕਲਪ ਨੂੰ ਮਨ ਆਉਂਦੇ ਨੇ, ਜਦੋਂ ਨਿਸ਼ਚੇ ਕਰਦਾ ਉਹਨੂੰ ਬੁੱਧੀ ਆਉਂਦੀ। ਮਨ ਬੁੱਧ ਚੇਤ ਹੰਕਾਰ ਇਹਨੂੰ ਅੰਤਾਕਰਨ ਆਉਂਦੇ ਨੇ, ਇਹ ਚਾਰ ਬਿਰਤੀਆਂ ਨੇ ਅੰਤਾਕਰਨ ਦੀਆਂ। ਮਨ ਜਦੋਂ ਸੰਕਲਪ ਵਿਕਲਪ ਉਹਨੂੰ ਮਨ ਆਉਂਦੇ, ਜਦੋਂ ਨਿਸ਼ਚੇ ਕਰੇ ਉਹਨੂੰ ਬੁੱਧੀ ਆਉਂਦੇ ਨੇ, ਅਤੇ ਜਦੋਂ ਸ਼ੁੱਧ ਹੋ ਜਾਂਦਾ ਮਨ ਅਤੇ ਬੁੱਧੀ ਗੁਰੂ ਦੀ ਮਤ ਕਰਕੇ, ਫਿਰ ਉਹਨੂੰ ਸੁਰਤ ਆਉਂਦੇ ਨੇ। ਜਦੋਂ ਇਹਦੀ ਮਤ ਘੜੀ ਜਾਂਦੀ ਹੈ ਫਿਰ ਇਹ ਸੁਰਤ ਰੂਪ ਹੋ ਜਾਂਦੀ, ਸੁਰਤ ਆਉਂਦੇ, ਉੱਠ ਸੁਰਤ ਕਰ, ਬਈ ਹੋਸ਼ ਕਰ, ਮਤਲਬ ਬੜੀ ਹੋਸ਼ ਵਾਲੀ ਬੁੱਧੀ ਹੋ ਜਾ, ਹੋਸ਼ ਵਾਲੀ ਗਿਆਤ, ਹੋਸ਼ ਵਾਲੀ ਚੇਤਨਾ, ਬੜੀ ਧਿਆਨ ਪੂਰਵਕ ਚੇਤਨਾ, ਇਹਦੀ ਜਿਹੜੀ ਹੈ ਨਾ ਅੰਤਰ ਚੇਤਨਾ, ਮਨ ਅਤੇ ਬੁੱਧੀ ਉਹ ਸੁਰਤ ਰੂਪ ਹੋ ਜਾਂਦੀ ਹੈ, ਉੱਤਮ ਹੋ ਜਾਂਦੀ ਹੈ। ਜਿਵੇਂ ਕੋਈ ਲੱਕੜ ਹੋਵੇ ਡਿੰਗ ਪੜਿੰਗੀ, ਅਤੇ ਸਿਆਣਾ ਕਾਰੀਗਰ ਉਹਦਾ ਫਰਨੀਚਰ ਬਣਾ ਦੇ, ਮੇਜ਼ ਕੁਰਸੀਆਂ ਬਣਾ ਦੇ, ਅਲਮਾਰੀਆਂ ਬਣਾ ਦੇ, ਬੜੇ ਬੜੀ ਸੁੰਦਰ ਤਸਵੀਰਾਂ ਬਣਾ ਦੇ, ਆਖੇ ਵਾਹ ਵੀ ਵਾਹ ਇਹ ਲੱਕੜੀ ਦੇ ਵਿੱਚ, ਜਿਵੇਂ ਊਟ ਪਟਾਂਗ ਪੱਥਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਮੂਰਤੀਕਾਰ ਮੂਰਤੀ ਕਿੱਡੀ ਸੋਹਣੀ ਕੱਢ ਦਿੰਦਾ। ਅਜੇ ਸਾਡੀ ਜਿਹੜੀ ਬੁੱਧੀ ਹੈ ਮਨ ਇਹ ਊਟ ਪਟਾਂਗ ਸੋਚਦਾ, ਜਦੋਂ ਇਕਾਗਰ ਹੋ ਗਈ, ਜਦੋਂ ਸਵੱਛ ਹੋ ਗਈ ਬੁੱਧੀ, ਉਸ ਮਨ ਅਤੇ ਬੁੱਧੀ ਨੂੰ ਸੁਰਤ ਆਖਿਆ ਗਿਆ ਹੈ, ਉੱਚੀ। ਉਹ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ, ਹੁਣ ਮਨ ਅਤੇ ਬੁੱਧੀ ਸੁਰਤ ਰੂਪ ਹੋ ਗਈ, ਬੜੀ ਸੂਖਸ਼ਮ ਅਤੇ ਬੜੀ ਪ੍ਰੀਤੀ ਵਾਲੀ, ਬੜੀ ਨਿਰਮਲ, ਬੜੀ ਸੋਝੀ ਵਾਲੀ, ਬੜੀ ਮਿੱਠੀ, ਬੜੀ ਹੋ, ਇਹਨੂੰ ਅਨੁਪਮ ਦੱਸਿਆ, ਅਨੁਪਮ, ਬੜੀ ਸੁੰਦਰ। ਮਾਰੀ ਦੱਸਦਾ ਨਾ ਪਹਿਲਾਂ ਤਿੱਥੇ ਘੜੀਏ, ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਉਹਦੀ ਘਾੜਤ ਬੜੀ ਅਨੂਪ ਅਨੁਪਮ ਸੁੰਦਰ ਘੜੀ ਜਾਂਦੀ ਹੈ, ਉਹਨੂੰ ਸੁਰਤ ਆਖੇ, ਮਨ ਅਤੇ ਬੁੱਧੀ ਸੁਰਤ ਰੂਪ ਹੋ ਜਾਂਦੇ ਨੇ। ਇਹ ਅਵਸਥਾ ਜਿਹੜੀ ਹੈ ਇਹ ਅਤੀ ਸੂਖਸ਼ਮ ਅਵਸਥਾ ਹੈ, ਇਹ ਕਿਸਮ ਦੀ ਵਿਰਾਗਮਈ ਅਵਸਥਾ ਹੈ। ਦੁਨੀਆ ਵੱਲੋਂ ਰਾਗ ਕੱਟਿਆ ਗਿਆ ਅਤੇ ਪ੍ਰਭੂ ਪਰਮਾਤਮਾ ਦਾ ਰਾਗ, ਪ੍ਰਭੂ ਪਰਮਾਤਮਾ ਦਾ ਪ੍ਰੇਮ ਅਤੇ ਦੁਨੀਆ ਵੱਲੋਂ ਬੈਰਾਗ ਹੋ ਗਿਆ। ਬੜੀ ਵਿਚਾਰ ਵਾਲੀ ਵਿਰਾਗ ਵਾਲੀ ਸੁਰਤੀ ਜਿਹੜੀ ਹੈ ਇਹ ਗਿਆਨ ਖੰਡ ਤੋਂ ਅਗਲੀ ਅਵਸਥਾ ਸਰਮ ਖੰਡ ਦੀ ਵਿਰਾਗਮਈ ਅਵਸਥਾ ਹੈ। ਸਰਮ ਲੱਜਾ ਨੂੰ ਵੀ ਆਉਂਦੇ ਨੇ, ਸਰਮ ਮਿਹਨਤ ਨੂੰ ਵੀ ਆਉਂਦੇ ਨੇ। ਇਹ ਸਾਡੀ ਸੁਰਤੀ ਦਾ ਜਿਉਂ ਜਿਉਂ ਅਸਥੂਲ ਤੋਂ ਸੂਖਸ਼ਮ ਵੱਲ ਜਾਂਦੀ ਹੈ ਅਤੇ ਤਿਉਂ ਤਿਉਂ ਇਹਨੂੰ ਉਹ ਨਜ਼ਾਰਾ, ਉਹ ਸੁੱਖ, ਉਹ ਸੁੰਦਰਤਾ ਦਿਸਦੀ ਹੈ। ਪ੍ਰਭੂ ਪਰਮਾਤਮਾ ਦੀ ਰਚੀ ਹੋਈ ਕਾਇਨਾਤ ਅਤੇ ਪ੍ਰਭੂ ਪਰਮਾਤਮਾ ਦੀ ਸੁੰਦਰਤਾ ਕਰਕੇ ਇਹ ਵੀ ਸੁੰਦਰ ਦਿਸ ਰਹੀ ਹੈ। ਇਹ ਸੁਰਤੀ ਦਾ ਚੜਾਓ ਹੈ, ਇਹ ਸੁਰਤੀ ਦਾ ਟਿਕਾਓ ਹੈ, ਇਸ ਮਨ ਦੇ ਵਿੱਚ ਅਨੁਭਵ ਹੁੰਦਾ ਹੈ।
ਇਹਨਾਂ ਖੰਡਾਂ 'ਤੇ ਹੁੰਦੀ ਹੋਈ ਸਾਡੀ ਸੁਰਤੀ ਜਿਵੇਂ ਪੌੜੀਆਂ ਸਮਝ ਲਓ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ, ਇਹ ਸੰਤ ਦਾ ਮਾਰਗ ਹੈ ਸਿਮਰਨ ਦਾ, ਧਰਮ ਖੰਡ ਦਾ, ਗਿਆਨ ਖੰਡ ਦਾ, ਸਰਮ ਖੰਡ ਦਾ, ਇਹੀ ਸੰਤ ਦਾ ਮਾਰਗ ਹੈ। ਪੌੜੀਓ ਪੌੜੀ ਚੜ੍ਹਦਾ ਜਾ, ਇਹ ਪੌੜੀਆਂ ਸਤੂਲ ਤੋਂ ਸੂਖਿਅਮ ਵੱਲ ਜਾ ਰਹੀਆਂ ਨੇ। ਸਾਡੀ ਸੁਰਤੀ ਬਾਹਰ ਮੁੱਖ ਤੋਂ ਅੰਤਰਮੁੱਖ ਜਦੋਂ ਹੁੰਦੀ ਹੈ, ਇਕਾਗਰ ਹੁੰਦੀ ਹੈ, ਨਿਰਮਲ ਹੁੰਦੀ ਹੈ, ਵਿਰਾਗਮਈ ਹੁੰਦੀ ਹੈ, ਦੁਨੀਆ ਦਾ ਰਾਗ ਘੱਟਦਾ ਗਿਆ, ਪ੍ਰਭੂ ਦਾ ਪ੍ਰੇਮ ਵੱਧਦਾ ਗਿਆ, ਫਿਰ ਇਹਦੀ ਬਾਣੀ ਵੀ ਸੁੰਦਰ, ਇਹਦੀ ਰਹਿਣੀ ਰਹਿਤ ਵੀ ਸੁੰਦਰ, ਇਹਦੀ ਬੁੱਧੀ ਮਨ ਵੀ ਨਿਰਮਲ ਹੋ ਕੇ ਸੁਰਤ ਹੋ ਗਈ। ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ, ਉੱਥੇ ਫਿਰ ਇਹਦੀ ਘਾੜਤ ਘੜੀ ਜਾਂਦੀ ਹੈ ਇਹਦੀ ਸੁਰਤੀ ਦੀ। ਸੁਰਾਂ ਦੇਵਤਿਆਂ ਵਾਲੀ ਅਤੇ ਸਿੱਧਾਂ ਵਾਲੀ ਇਹਨੂੰ ਸੋਝੀ ਪ੍ਰਾਪਤ ਹੁੰਦੀ ਹੈ। ਸਿੱਧ ਨਾ ਮੰਜ਼ਲ 'ਤੇ ਅੱਪੜਿਆ ਹੋਇਆ ਜਿਹੜਾ ਹੈ, ਮੰਜ਼ਲ 'ਤੇ ਅੱਪੜਿਆ ਹੋਇਆ ਜਗਿਆਸੂ ਸਿੱਖ ਆਉਂਦੇ ਨੇ ਸਿੱਧ ਅਵਸਥਾ ਨੂੰ ਪਹੁੰਚ। ਕਿਉਂ? ਸਾਧਕ ਜਦੋਂ ਸਾਧਨ ਅਪਣਾਉਂਦਾ ਹੈ ਅਤੇ ਮਨ ਉਹਦਾ ਸਾਧੇ ਹੈ, ਸਾਧਕ ਸਿੱਖ ਸਾਧਨ ਸਿਮਰਨ ਪ੍ਰਭੂ ਭਗਤੀ ਸੇਵਾ ਬਾਣੀ ਪੜ੍ਹਨੀ ਸੁਣਨੀ, ਜਦੋਂ ਧਿਆਨ ਤੋਂ ਮਨ ਬੁੱਧੀ ਘੜੇ ਜਾਣਗੇ ਅਤੇ ਫਿਰ ਸਾਧਕ ਸਾਧਨ ਨੂੰ ਅਪਣਾ ਕੇ ਸਾਧੇ ਮਨ, ਮਨ ਸਾਧਿਆ ਗਿਆ ਅਤੇ ਸਿੱਧ ਅਵਸਥਾ ਮੰਜ਼ਲ ਚੌਥੀ ਸਹਿਜ ਅਵਸਥਾ, ਚੌਥੇ ਪਦ ਮੇਂ ਸਹਿਜ ਹੈ ਗੁਰਮੁਖ ਪਾਇਆ ਜਾਏ, ਇਹ ਸਹਿਜ ਅਵਸਥਾ ਹੈ। ਗੁਰੂ ਸਾਹਿਬ ਆਉਂਦੇ ਨੇ ਇੱਥੇ ਫਿਰ ਇਹਦੀ ਸੁਰਤੀ ਇਹਦੀ ਮਨ ਬੁੱਧੀ ਇਹੋ ਜਿਹੀ ਘੜੀ ਜਾਂਦੀ ਹੈ ਦੇਵਤਿਆਂ ਵਾਲੀ ਅਤੇ ਸਿੱਧਾਂ ਵਾਲੀ। ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸਿੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ। ਸੁਰਾਂ ਦੇਵਤਿਆਂ ਅਤੇ ਸਿੱਧਾਂ ਵਾਲੀ ਇਹਨੂੰ ਸੋਝੀ ਪ੍ਰਾਪਤ ਹੋਗੀ। ਇੱਥੋਂ ਤੀਕ 36 ਪੌੜੀਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿੱਖ 'ਤੇ ਕਿਰਪਾ ਕਰ ਰਹੇ ਨੇ। ਅਸਥੂਲ ਤੋਂ ਸੂਖਿਅਮ ਵੱਲ, ਧਰਮਖੰਡ ਤੋਂ ਸੱਚਖੰਡ ਵੱਲ ਸੁਰਤੀ ਲਿਜਾ ਰਹੇ ਨੇ ਅਤੇ ਇਸ ਤਰ੍ਹਾਂ ਮਜਲੋ ਮਜਲੀ ਰਾਹਨੁਮਾਈ ਕਰ ਰਹੇ ਨੇ, ਜਿਵੇਂ ਛੋਟੇ ਬੱਚੇ ਨੂੰ ਉਂਗਲੀ ਲਾ ਕੇ ਅਤੇ ਆਪਣੇ ਘਰ ਲਿਜਾਣ ਵਾਲੀ ਗੱਲ ਹੈ। ਸੋ ਇੱਥੋਂ ਤੱਕ ਸਾਹਿਬਾਂ ਨੇ ਕਿਰਪਾ ਕੀਤੀ ਹੈ ਭਈ ਦੇਵਤਿਆਂ ਅਤੇ ਸਿੱਧਾਂ ਵਾਲੀ ਇਹਨੂੰ ਸੂਝ ਪ੍ਰਾਪਤ ਹੁੰਦੀ ਹੈ। ਇਹਨਾਂ ਸ਼ਬਦਾਂ ਨਾਲ ਮੈਂ ਖਿਮਾ ਦਾ ਜਾ ਚੁੱਕ ਹਾਂ। ਭੁੱਲ ਚੁੱਕ ਸਾਧ ਸੰਗਤ ਗੁਰੂ ਪਰਮੇਸ਼ਰ ਬਖਸ਼ਣ ਯੋਗ ਨੇ, ਕਰੋ ਕਿਰਪਾ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।